स्वागम भक्ति वाला विवाद दलित कौर मांडो ताड़ियां खोल के जरा जय हो मां बहनी ਰੰਗ ਪੁਰ ਰੰਗ ਲਾਉਣ ਵਾਲੀ ਹੈ ਬਸ ਜੀ ਦੁਬਾਰੇ ਤੇਰੇ ਰੰਗ ਇਹ ਵੀ ਇਹਨਾਂ ਦੇ ਲਿਖਿਆ ਹੋਇਆ ਸੋ ਮੈਂ ਬਾਬਾ ਜੀ ਨੂੰ ਵੀ ਬੇਨਤੀ ਕਰਦਾ ਅਰਦਾਸ ਕਰਦਾ ਵਾਂ ਦੇ ਚਰਨਾਂ 'ਚ ਤੋ ਉਸ ਵੱਡੇ ਬਾਬਾ ਜੀ ਨੂੰ ਜਿਹੜਾ ਸਾਰੀ ਦੁਨੀਆ ਦਾ ਬਾਬਾ ਕਿ ਘੱਟੋ ਘੱਟ 2 ਘੰਟੇ ਵਾਸਤੇ ਥੋੜ੍ਹਾ ਜਿਹਾ ਮੀਂਹ ਘੱਟ ਕਰ ਦਿਓ ਥੋੜ੍ਹੀ ਨੋਜ਼ਲ ਘੁੱਟ ਲਓ ਮਾੜੀ ਜੀ ਬਸ ਤਾਂ ਕਿ ਸੰਗਤਾਂ ਦੂਰੋਂ ਦੂਰੋਂ ਆਈਆਂ ਉਹ ਸਾਲਾਨਾ ਮੇਲਾ ਹੁੰਦਾ ਬੜੇ ਮਨ 'ਚ ਚਾਹ ਹੁੰਦੀ ਖੁਸ਼ੀਆਂ ਹੁੰਦੀਆਂ ਚੱਲ ਵੀ ਸਾਲਾਨਾ ਗਾਣਾ ਸੁਣਾਂਗੇ ਉਹ ਆਰਟਿਸਟ ਆ ਰਿਹਾ ਜੇ ਉਹ ਲੇਕਿਨ ਜੇ ਇੱਦਾਂ ਦਾ ਕੁਛ ਹੋ ਜਾਵੇ ਤਾਂ ਔਖਾ ਔਖਾ ਤਾਂ ਬਥੇਰਾ ਲੱਗਦਾ ਪਰ ਕੁਦਰਤ ਅੱਗੇ ਜ਼ੋਰ ਕੋਈ ਨਹੀਂ ਲਾਓ ਆਪਾਂ ਨੂੰ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਕਿਉਂਕਿ ਟਾਈਮ ਵੀ ਸਾਡੇ ਕੋਲ 1 ਘੰਟੇ ਦਾ ਹੀ ਹੈ ਸੋ ਉਹਦੇ ਵਿੱਚ ਵਿੱਚ ਹੀ ਹਾਂਜੀ ਹਾਂ ਮੇਰਾ ਖਿਆਲ ਹੈ ਕਿ ਇੱਕ ਐਵੇਂ ਰਸਮ ਜੀ ਹੁੰਦੀ ਵੀ ਧਾਰਮਿਕ ਗੀਤ ਗਾਵਾਂਗੇ ਫਿਰ ਲੋਕ ਕਹਿਣਗੇ ਜੀ ਬੜੇ ਕਿੱਡੇ ਬੜੇ ਕਲਾਕਾਰ ਲਾ ਵੀ ਪਹਿਲਾਂ ਧਾਰਮਿਕ ਗੀਤ ਗਾਇਆ ਅਤੇ ਧਾਰਮਿਕ ਬਹੁਤ ਹੋ ਗਏ ਹੈ ਅਤੇ ਅੱਜ ਕੱਲ੍ਹ ਮੈਨੂੰ ਵੈਸੇ ਵੀ ਪਤਾ ਲੋਕ ਇਹਨੇ ਅੰਦਰੋਂ ਧਾਰਮਿਕ ਹੈ ਨਹੀਂ ਅਸੀਂ ਬਣਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਬੰਦਾ ਆਪਣੇ ਕੰਮਾਂ ਦੇ ਨਾਲ ਧਾਰਮਿਕ ਹੁੰਦਾ ਆਪਣੇ ਖਿਆਲਾਂ ਦੇ ਨਾਲ ਗਾਣੇ ਸੁਣਨ ਨਾਲ ਨਹੀਂ ਹੁੰਦਾ ਸੋ ਸਿੱਧਾ ਹੀ ਆਪਾਂ ਹੁਣ ਗੱਡੀ ਲਈ ਤੇ ਲਿਆਉਂਦੇ ਲਓ ਜੀ ਦੁਕਾਨਿਆਂ ਦੇ ਵਿੱਚ ਹੀ ਚੱਲਦੇ ਹਾਂ ਕਿਉਂਕਿ 1 ਘੰਟੇ ਵਿੱਚ ਮੈਂ ਹੁਣ ਆਉਣਾ ਹੀ ਨਹੀਂ ਕਿ ਮੈਂ ਵਿੱਚ ਆਇਆ ਮੈਂ
ਪੰਜਾਬ ਦੇ ਭਾਗਾਂ ਭਰੇ ਨਗਰ ਮੋਠਾਂ ਵਾਲਾ ਜੀ ਮੋਠਾਂ ਵਾਲਾ ਦੇ ਇਸ ਪਵਿੱਤਰ ਅਸਥਾਨ 'ਤੇ ਬਾਬਾ ਨੱਥੇ ਸ਼ਾਹ ਜੀ ਬਾਬਾ ਫਕੀਰ ਸ਼ਾਹ ਜੀ ਦੇ ਇਸ ਪਵਿੱਤਰ ਉਰਸ ਦੇ ਉੱਤੇ ਇਸ ਮੇਲੇ ਦੇ ਉੱਤੇ ਬਿਰਾਜਮਾਨ ਇਲਾਕੇ ਦਾ ਤਾਂ ਮੇਰਾ ਖਿਆਲ ਹੈ ਬਾਰਿਸ਼ ਨੇ ਔਖਾ ਹੀ ਕਰਤਾ ਹੋਣਾ ਨਗਰ ਨਿਵਾਸੀ ਵੀਰ ਜਿੰਨੀ ਵੀ ਬਾਹਰੋਂ ਆਈ ਸਾਧ ਸੰਗਤ ਹੈ ਬਾਬਾ ਜੀ ਦੇ ਚਰਨ ਨਾਲ ਜੁੜੀ ਹੋਈ ਸਮੁੱਚੇ ਮੇਰੇ ਭੈਣ ਭਰਾ ਪੂਜਨੀਕ ਬਜ਼ੁਰਗ ਹਾਣੀ ਵੀਰ ਨਿੱਕੇ ਨਿੱਕੇ ਬੱਚੇ ਦੂਰ ਅਤੇ ਨੇੜੇ ਬੈਠੀਆਂ ਮੇਰੀਆਂ ਛੋਟੀਆਂ ਅਤੇ ਵੱਡੀਆਂ ਭੈਣਾਂ ਬੜੇ ਮਾਣ ਨਾਲ ਆਪ ਜੀ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਦੇ ਮੁਬਾਰਕ ਕਦਮਾਂ ਦੇ ਨਾਲ ਜਿੱਥੇ ਅੱਜ ਆਪ ਜੀ ਨੇ ਇਸ ਖੂਬਸੂਰਤ ਪੰਡਾਲ ਦੀ ਰੌਣਕ ਵਧਾਈ ਹੀ ਵਧਾਈ ਹੈ ਮੇਲਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗੀ ਸੱਜਣ ਸਮੁੱਚੇ ਕਰਤਾ ਧਰਤਾ ਪ੍ਰਬੰਧਕ ਸਾਹਿਬਾਨ ਦਾ ਆਪ ਜੀ ਨੇ ਹੋਰ ਵੀ ਮਾਣ ਵਧਾਇਆ ਅਤੇ ਉਂਝ ਵੀ ਹਮੇਸ਼ਾ ਕਿਹਾ ਜਾਂਦਾ ਕਿ ਇਹੋ ਜਿਹੇ ਸੁਭਾਗੇ ਸਮੇਂ ਹਮੇਸ਼ਾ ਹੀ ਆਪ ਜੀ ਵਰਗਿਆਂ ਭੈਣ ਭਰਾਵਾਂ ਨਾਲ ਸ਼ੁਭ ਦੇ ਜੀ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਾਰਿਆਂ ਦਾ ਮੈਂ ਸਮੁੱਚੇ ਤੌਰ 'ਤੇ ਕੁਟਾਨਕੁਟ ਧੰਨਵਾਦ ਕਰਦਾ ਹੋਇਆ ਬੜੇ ਹੀ ਮਾਣ ਮੱਤਿਆਂ ਅਤੇ ਨਿੱਘਿਆਂ ਸ਼ਬਦਾਂ ਨਾਲ ਧੰਨਵਾਦੀ ਹਾਂ ਜੀ ਸਮੁੱਚੇ ਨਗਰ ਦਾ ਨਗਰ ਪੰਚਾਇਤ ਦਾ ਮੇਲਾ ਪ੍ਰਬੰਧਕ ਕਮੇਟੀ ਦਾ ਔਰ ਮਾਣਯੋਗ SHO ਸਰਦਾਰ ਗੁਰਬਚਨ ਸਿੰਘ ਜੀ ਗੁਰਵਿੰਦਰ ਸਿੰਘ ਜੀ ਸਿਟੀ ਕਪੂਰਥਲਾ ਨੇ ਇਸ ਵੇਲੇ ਆਪਣੇ ਭਰਾਤਾ ਜੀ ਦਾ ਜਿਨ੍ਹਾਂ ਦੇ ਪਿਆਰ ਸਦਕਾ ਪੂਰੇ 20 ਸਾਲ ਤੋਂ ਬਾਅਦ ਇਸ ਨਗਰ ਦੇ ਵਿੱਚ 2003 ਦੇ ਵਿੱਚ ਇਸੇ ਮੇਲੇ 'ਤੇ ਅੱਜ ਤੋਂ 21 ਸਾਲ ਪਹਿਲਾਂ
ਇਹ ਜੋੜੀ ਤੁਹਾਡੀ ਸੇਵਾ ਕਰ ਚੁੱਕੇ, ਇੱਕ ਵਾਰੀ ਫੇਰ ਆਪ ਜੀ ਦੇ ਚਰਨ ਚੁੰਮਣ ਦਾ ਮਾਣ ਮਿਲਿਆ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਮੈਂ ਹੈਰਾਨ ਹੈ ਦਿਆਲਪੁਰੀ ਸਾਹਿਬ ਵੀ ਇਹ ਸਮੁੱਚੇ ਸੰਸਾਰ ਦੇ ਵਿੱਚ ਜਿਹੜੇ ਅਕਲਮੰਦ ਲੋਕ ਨੇ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੇ ਮੰਨੇ ਜਾਂਦੇ ਉਹ ਇਜ਼ਰਾਇਲ ਦੇ ਲੋਕ ਹੈ, ਅਤੇ ਇੰਡੀਆ ਦੇ ਵਿੱਚ ਸਭ ਤੋਂ ਅਕਲਮੰਦ ਜਿਹੜੇ ਲੋਕ ਮੰਨੇ ਜਾਂਦੇ ਉਹ ਕੇਰਲਾ ਦੇ ਮੰਨੇ ਜਾਂਦੇ ਹੈ, ਅਤੇ ਪੰਜਾਬ ਦੇ ਵਿੱਚ ਜਿਹੜਾ ਇਹ ਮਾਣ ਹੈ ਦੁਆਬੇ ਨੂੰ ਮਿਲਦਾ ਹੈ। ਮੇਰੇ ਕਹਿਣ ਤੋਂ ਭਾਵ ਹੈ ਤੁਸੀਂ ਬਹੁਤ ਭਾਗਾਂ ਵਾਲੇ, ਬੜੀਆਂ ਅਕਲਾਂ ਵਾਲੇ ਲੋਕ ਹੋ, ਸਮਝਦਾਰ ਹੋ, ਗੱਲ ਨੂੰ ਸਮਝਦੇ ਹੋ। ਔਰ ਮੈਨੂੰ ਇਸ ਗੱਲ ਦਾ ਜੀਵਨ 'ਚ ਅਫਸੋਸ ਰਿਹਾ, ਪਰ ਅੱਜ ਸਰਦਾਰ ਗੁਰਵਿੰਦਰ ਸਿੰਘ ਜੀ ਨੇ ਲਾਤਾ ਵੀ ਦੁਆਬੇ ਦੇ ਲੋਕ ਹਾਕਮ ਬਖਤਰੀ ਵਾਲੇ ਨੂੰ ਪਤਾ ਨਹੀਂ ਕਿਉਂ ਨਹੀਂ ਸੁਣਦੇ। ਬਹੁਤ ਘੱਟ ਮੈਂ ਆਇਆ, ਪਰ ਮੈਂ ਪਹਿਲੀ ਵਾਰ ਇਹ ਅਨਾਊਂਸ ਕਰ ਰਿਹਾ, ਲਾਈਵ ਚੱਲ ਰਿਹਾ, ਦੁਨੀਆ ਸੁਣ ਰਹੀ ਹੈ ਕਿ ਦੂਸਰੀ ਵਾਰ ਇਸ ਮੇਲੇ ਦੇ ਉੱਤੇ ਆ ਕੇ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰਦਾ ਬੀਬਾ ਦਲਜੀਤ ਕੌਰ ਜੀ ਦੇ ਨਾਲ। ਔਰ ਉਮੀਦ ਕਰਦਾ ਕਿ ਜਿੱਥੇ ਦੁਨੀਆ ਭਰ ਦੇ ਮਹਾਨ ਗਾਇਕਾਂ ਨੂੰ ਆਪ ਜੀ ਦੇ ਇਹਨਾਂ ਪਰਿਵਾਰਾਂ ਦਰਬਾਰਾਂ ਦੇ ਵਿੱਚ ਬੜਾ ਮਾਣ ਅਤੇ ਸਤਿਕਾਰ ਮਿਲਦਾ ਹੈ। ਹੁਣ ਵੀ ਮੇਰੇ ਨਿੱਕੇ ਭੈਣ ਭਰਾ ਭਰਵੀਂ ਹਾਜ਼ਰੀ ਲਵਾ ਕੇ ਗਏ, ਆਪ ਜੀ ਨੇ ਬੜਾ ਮਾਣ ਸਨਮਾਨ ਦਿੱਤਾ ਹੈ। ਮੇਰਾ ਹੋਣਹਾਰ ਨਿੱਕਾ ਵੀਰ, ਸੰਸਾਰ ਪ੍ਰਸਿੱਧ ਲੋਕ ਗਾਇਕ, ਮੇਲਿਆਂ ਦਾ ਬਾਦਸ਼ਾਹ ਜਿਹਨੂੰ ਦੁਆਬੇ ਦਾ ਕਿਹਾ ਜਾਂਦਾ ਹੈ, ਦਲਵਿੰਦਰ ਦਿਆਲਪੁਰੀ ਸਾਹਿਬ, ਮੇਰਾ ਅਜ਼ੀਜ਼ ਹੈ, ਮੇਰਾ ਨਿੱਕਾ ਭਰਾ ਹੈ, ਸਾਡਾ ਬੱਚੂ ਹੈ, ਉਹ ਵੀ ਤੁਹਾਡੇ ਦਰਮਿਆਨ ਬੈਠੇ ਹੈ। ਮੈਂ ਉਮੀਦ ਕਰਦਾ ਜਿੱਥੇ ਤੁਸੀਂ ਇਹਨਾਂ ਦਾ ਮਾਣ ਸਨਮਾਨ ਰੱਖਦੇ ਹੋ, ਮੈਂ ਤਾਂ ਦੇਸੀ ਜਿਹਾ ਕਲਾਕਾਰ ਹਾਂ ਜੀ, ਸੰਗਰੂਰ ਦੇ ਟਿੱਬਿਆਂ 'ਚ ਜੰਮਿਆ ਹੋਇਆ ਬੰਦਾ, ਦੇਸੀ ਜਿਹਾ ਕਲਾਕਾਰ, ਦੇਸੀ ਜੇ ਮੇਰੇ ਗੀਤ ਹੁੰਦੇ, ਪਰਿਵਾਰਕ ਦੁਗਾਣਿਆਂ ਨਾਲ ਆਪ ਜੀ ਦੀ ਸੇਵਾ ਕੀਤੀ ਪਿਛਲੀ ਅੱਧੀ ਸਦੀ ਤੋਂ। ਸੋ ਆਪ ਜੀ ਦੇ ਚਰਨਾਂ ਦੇ ਵਿੱਚ ਤੁਹਾਡਾ ਆਪਣਾ ਹਾਕਮ ਬਖਤਰੀ ਵਾਲਾ ਬੀਬਾ ਦਲਜੀਤ ਕੌਰ ਜੀ ਦੇ ਨਾਲ, ਆਪਣੇ ਬਿਲਕੁਲ ਨਿੱਕੇ ਜਿਹੇ ਮਿਊਜ਼ੀਕਲ ਪਰਿਵਾਰ ਦੇ ਨਾਲ ਤੁਹਾਡੇ ਚਰਨਾਂ 'ਚ ਹਾਜ਼ਰ ਹੈ। ਜੁਗ ਜੁਗ ਜੀ ਵਸਦੇ ਰਹੋ, ਗੁਰੂ ਤੁਹਾਨੂੰ ਭਾਗ ਲਾਵੇ। ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਹੜੀ ਜਿਹੜੀ ਮਨੋਕਾਮਨਾ ਲੈ ਕੇ ਤੁਸੀਂ ਇਸ ਦਰਬਾਰ 'ਚ ਹਾਜ਼ਰ ਹੋਏ ਹੋ, ਪਰਮਾਤਮਾ ਤੁਹਾਡੀ ਪੂਰੀ ਕਰੇ। ਦਸ ਨੂੰ ਹੁਕਮ ਹੋਇਆ ਆਪ ਜੀ ਦੇ ਚਰਨਾਂ 'ਚ ਦੁਗਾਣੇ ਕਹਿਣ ਦਾ, ਗੀਤ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਸਮੁੱਚੇ ਭੈਣ ਭਰਾਵਾਂ ਨੂੰ ਕਿ ਬਾਬਾ ਜੀ ਦੇ ਨਾਂ ਦੀ, ਇਸ ਪਵਿੱਤਰ ਦਰਬਾਰ ਦੇ ਨਾਂ ਦੀ, ਆਪਣੇ ਨਗਰ ਦੇ ਨਾਂ ਦੀ, ਸੁੱਖ ਸ਼ਾਂਤੀ ਦੇ ਨਾਂ ਦੀ ਇੱਕ ਤਾੜੀ ਰੱਜ ਕੇ ਆਪ ਹੀ ਲਾ ਲਓ ਜ਼ੋਰ ਨਾਲ ਪਲੀਜ਼। ਬਹੁਤ ਬਹੁਤ ਧੰਨਵਾਦ। ਔਰ ਇੱਕ ਬੇਨਤੀ ਹੋਰ ਕਰਦੇ ਹਾਂ ਕਿ ਜੇ ਧੁੱਪ ਹੁੰਦੀ ਤਾਂ ਵੀ ਬਹੁਤ ਔਖੇ ਹੁੰਦੇ ਆਪਾਂ, ਅਤੇ ਬਾਰਿਸ਼ ਹੈ ਇਸ ਕਰਕੇ ਵੀ ਥੋੜ੍ਹਾ ਜਿਹਾ ਮਹਿਸੂਸ ਹੋ ਰਿਹਾ ਕਿ ਲੈਂਟਰ ਚਾਰੇ ਪਾਸੇ ਤਾਂ ਪਿਆ ਪਰ ਸੈਂਟਰ ਰਹਿ ਗਿਆ। ਸੋ ਮੇਲਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਾਹਿਬਾਨ ਲਈ ਥੋੜ੍ਹਾ ਥੋੜ੍ਹਾ ਯੋਗਦਾਨ ਤੁਸੀਂ ਨਗਰ ਵਾਲੇ ਅਤੇ ਇਲਾਕੇ ਵਾਲੇ ਹੋਰ ਪਾਓ, ਤਾਂ ਕਿ ਅਗਲੇ ਮੇਲੇ 'ਤੇ ਜਿਹੜੇ ਵੀ ਕਲਾਕਾਰ ਆਪ ਜੀ ਦੀ ਸੇਵਾ ਕਰਨ ਉਹ ਪੂਰੇ ਇਸ ਪੰਡਾਲ ਦੇ ਵਿੱਚ ਭਾਵੇਂ ਧੁੱਪ ਹੋਵੇ ਭਾਵੇਂ ਬਾਰਿਸ਼ ਹੋਵੇ ਤਾਂ ਉਹ ਅਸਰ ਨਾ ਕਰੇ। ਇੱਕ ਵਾਰੀ ਤਾੜੀ ਦਰਬਾਰ ਦੇ ਨਾਂ ਦੀ ਫੇਰ ਲਾ ਦਿਓ ਅਤੇ ਲੈਂਟਰ ਪੂਰਾ ਕਰਾਂਗੇ ਅਗਲੇ ਸਾਲ ਤੱਕ। ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਲੋ ਖੂਬਸੂਰਤ ਗਾਣਾ, ਵੈਸੇ ਤਾਂ ਸੈਂਕੜੇ ਕੈਸਟਾਂ 'ਤੇ ਹਜ਼ਾਰਾਂ ਗੀਤਾਂ ਨਾਲ ਭਰਵੀਂ ਹਾਜ਼ਰੀ ਪੰਜਾਬ 'ਚ ਹੁਣ ਤੱਕ ਲਵਾ ਚੁੱਕੇ ਹੈ, ਅਤੇ ਇੱਕ ਮੈਂ ਅੱਜ ਪਹਿਲੇ ਦਿਨ ਅਨਾਊਂਸ ਕਰ ਲਿਆ, ਦੁਸਹਿਰੇ ਤੱਕ ਕੰਪਲੀਟ ਪਿਆ ਮੇਰਾ ਪੰਜਵਾਂ ਅਖਾੜਾ, ਪੂਰੀ ਕੈਸਟ ਅਖਾੜੇ ਦੇ ਰੂਪ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਰੱਖਾਂਗੇ ਪੰਜਵਾਂ ਅਖਾੜਾ। ਪਰ ਚੱਲ ਰਹੇ ਗੀਤਾਂ 'ਚੋਂ ਖੂਬਸੂਰਤ ਗੀਤ ਕਿੱਕਰਾਂ ਵੀ ਲੰਘ ਆਈ ਦਿਆਲਪੁਰੀ ਸਾਹਿਬ ਤੁਹਾਡੇ ਚਰਨਾਂ 'ਚ ਹੈ, ਉਮੀਦ ਹੈ ਮਾਣ ਰੱਖਣਗੇ। ਇਸ ਉਮੀਦ ਨਾਲ ਤੁਹਾਡਾ ਆਪਣਾ ਹੱਕ ਅਤੇ ਬੀਬਾ ਦਲਜੀਤ ਜੀ।
ਵਾਲੇ ਚੀਰ ਕੇ ਜਨਾ ਜੱਟੀਏ ਦੀ ਜੱਟ ਲਿਖ ਦੋ ਜਵਾਨੀ ਤੇਰੇ ਨਾ ਜੱਟੀਏ ਦੀ ਜੱਟ ਲਿਖ ਦੋ ਜਵਾਨੀ ਤੇਰੇ ਨਾ ਜੱਟੀਏ ਛੱਡਦੇ ਕਦੇ ਨਾ ਫੜ ਆ ਜੱਟੀਏ ਦੀ ਜੱਟ ਲਿਖ ਦੋ ਜਵਾਨੀ ਤੇਰੇ ਨਾ ਜੱਟੀਏ ਦੀ ਜੱਟ ਲਿਖ ਦੋ ਜਵਾਨੀ ਤੇਰੇ ਨਾ ਪਿੰਦਰ ਵਿਆਹ ਕੇ ਮੰਨੀ ਤਾਂ ਜੱਟੀਏ ਜੱਟ ਲਿਖ ਦੋ ਜਵਾਨੀ ਤੇਰੇ ਨਾ ਜਵਾਨੀ ਤੇਰੇ ਨਾ ਚੱਟੀਏ।
ਸਰਦਾਰ ਗੁਰਵਿੰਦਰ ਸਿੰਘ ਜੀ SHO ਸਾਹਿਬ। ਅੱਛਾ ਨਹੀਂ ਮੈਂ ਪਤਾ ਕੀ ਹੈ ਜੀ ਪ੍ਰੋਬਲਮ ਹੈ, ਮੈਂ ਹੋਰ ਕਿਸੇ ਦੀ ਵਾਰ ਨੂੰ ਨਹੀਂ ਕਹਿੰਦਾ, ਤਾੜੀ ਕਿਰਪਾ ਕਰਕੇ ਇੱਕ ਲਾ ਦਿਓ ਸਰਦਾਰ ਜੀ ਦੇ ਨਾਂ ਦੀ। ਬੇਨਤੀ ਇਹ ਹੈ ਵੀ ਤੁਸੀਂ ਪੰਜਾਬ ਪੁਲਿਸ ਨੂੰ ਦੇਖੋ, ਇਹ ਬੜੀ ਖੂਬਸੂਰਤ ਹੈ, ਬੜੀ ਇੰਟੈਲੀਜੈਂਟ ਦੇ ਨਾਲ ਬੜੀ ਖੂਬਸੂਰਤ ਹੈ। ਔਰ ਤੁਸੀਂ ਵਰਦੀ ਦੀ ਫਿੱਟ ਫਾਟ ਦੇਖੋ, ਕਦੇ ਇਹਨਾਂ ਨੂੰ ਵਰਦੀ ਦੇ ਵਿੱਚ ਚੈੱਕ ਕਰਿਓ, ਤੁਸੀਂ ਧਰਮ ਨਾਲ ਇੰਨਾ ਸੋਹਣਾ ਸਰੀਰ ਨਹੀਂ ਹੁੰਦਾ ਜਿੰਨੀ ਸੋਹਣੀ ਵਰਦੀ ਹੁੰਦੀ ਹੈ, ਅਤੇ ਜੇਬ ਦੇ ਬਟਨ ਇੰਨੇ ਕੱਸ ਕੇ ਲਾਏ ਹੁੰਦੇ ਨੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਸਾਡਾ ਇੱਕ ਸਿਸਟਮ ਹੈ ਦਿਆਲਪੁਰੀ ਸਾਹਿਬ, ਆਪਾਂ ਜ਼ਿਮੀਦਾਰ ਲੋਕ ਹੈ, ਪਿੰਡਾਂ ਦੇ ਵਿੱਚ ਖੜ੍ਹੇ ਹੈ, ਕੰਪੈਨਾਂ ਨੇ, ਟਰੈਕਟਰ ਨੇ, ਗੱਡੀਆਂ ਨੇ, ਅੱਜ ਕੱਲ੍ਹ ਤਾਂ ਸਭ ਕੁਝ ਹੈ, ਬਾਈਕਾਂ ਨੇ, ਬੱਚਿਆਂ ਕੋਲ ਵਧੀਆ ਵਧੀਆ। ਜਦੋਂ ਕਿਤੇ ਹਵਾ ਘੱਟ ਜੇ ਤਾਂ ਅਸੀਂ ਦੁਕਾਨ 'ਤੇ ਜਾਂਦੇ, ਹਵਾ ਭਰਾ ਲੈਂਦੇ। ਉਹ ਟਿਊਬ ਦੇ ਵਿੱਚ ਇੱਕ ਛੋਟੀ ਜਿਹੀ ਚੀਜ਼ ਹੁੰਦੀ ਹੈ, ਉਹਨੂੰ ਕਹਿੰਦੇ ਵਾਲ, ਉਹਦਾ ਸਿਸਟਮ ਹੈ, ਉਹਦੇ ਵਿੱਚ ਹਵਾ ਜਿਹੜੀ ਅੰਦਰ ਚਲੀ ਜਾਂਦੀ ਹੈ, ਬਾਹਰ ਨਹੀਂ ਨਿਕਲਦੀ ਮੁੜ ਕੇ। ਸੋ ਸੇਮ ਸਿਸਟਮ ਹੈ ਪੁਲਿਸ ਦੀ ਜੇਬ 'ਚ, ਪੈਸਾ ਅੰਦਰ ਤਾਂ ਚਲਾ ਜਾਂਦਾ, ਬਾਹਰ ਕਦੇ ਨਹੀਂ ਆਉਂਦਾ। ਮੈਂ ਇਸ ਕਰਕੇ ਧੰਨਵਾਦ ਕਰਦਾ ਨਿੱਜੀ ਤੌਰ 'ਤੇ, ਮਿਹਰਬਾਨੀ ਦਿਆਲਪੁਰੀ ਸਾਹਿਬ ਵੱਲੋਂ, ਉਹਨਾਂ ਦੇ ਸੱਜਣਾਂ ਵੱਲੋਂ। ਨਾ ਦੂਜਿਆਂ ਦਾ ਦੱਸ ਦਿਓ ਆਪਾਂ ਭਾਜੀ ਵਾਪਸ ਵੀ ਜਾਣਾ। ਬਹੁਤ ਹੀ ਮਸ਼ਹੂਰ ਹੈ ਸੱਜਣਾ ਨੇ ਨਾਮ ਭੇਜਿਆ, ਨਾਂ ਦੱਸ ਦਿਆ ਕਰੋ ਕਿਰਪਾ ਕਰਕੇ, ਤੁਸੀਂ ਮੇਰਾ ਮਾਣ ਕਰ ਦਿਓ, ਮੈਂ ਤਾਂ ਆਪ ਜੀ ਦਾ ਸਨਮਾਨ ਕਰ ਸਕਾਂ। ਬਹੁਤ ਬਹੁਤ ਸ਼ੁਕਰੀਆ, ਖੂਬਸੂਰਤ ਗੀਤ ਆਪ ਜੀ ਦੀ ਸੇਵਾ 'ਚ, ਮੇਰਾ ਰਿਕਾਰਡ ਗੀਤ, ਬੇਸਿਕ ਮੇਰਾ ਰਿਕਾਰਡ ਗੀਤ, ਪਿੱਛੇ ਦੇ ਮੇਰੇ ਕਿਸੇ ਨਿੱਕੇ ਵੀਰ ਨੇ ਇਹਨੂੰ ਸੋਲੋ ਬਣਾ ਕੇ ਗਾਤਾ ਦਿਆਲਪੁਰੀ ਸਾਹਿਬ। ਸੋ ਮੇਰਾ ਰਿਕਾਰਡ ਗੀਤ, ਉਦੋਂ ਕਿਉਂ ਨਹੀਂ ਦਿਲ ਮੰਗਿਆ ਵੇ ਜਦੋਂ ਪੜ੍ਹਦੀ ਹੁੰਦੀ ਸੀ ਤੇਰੇ ਨਾਲ, ਖੂਬਸੂਰਤ ਗਾਣਾ ਤੁਹਾਡੇ ਚਰਨਾਂ ਦੇ ਵਿੱਚ। ਥੈਂਕ ਯੂ। ਬੜੀ ਲੱਗਦੀ ਐ ਸੰਗਨੀ, ਕਹਿਣਾ ਵੀ ਜ਼ਰੂਰ ਪੈਣ ਜਾਨ ਬੜੀ ਤੰਗਨੀ, ਕਰਦੇ ਨੂੰ ਗੜ ਬੜੀ ਲੱਗਦੀ ਐ ਸੰਗਨੀ, ਕਹਿਣਾ ਵੀ ਜ਼ਰੂਰ ਪੈਣ ਜਾਨ ਬੜੀ ਤੰਗਨੀ। ਤੂੰ ਤਾਂ ਕਹੇਗੀ ਕਿ ਕਰਦਾ ਕਮਾਲ, ਕਹੇਗੀ ਕਿ ਕਰਦਾ ਕਮਾਲ, ਦੱਸ ਤੇਰੀ ਕੀ ਮਰਜ਼ੀ, ਦਿਲ ਤੇਰੇ ਉੱਤੇ ਹੋ ਗਿਆ ਦਿਆਲ, ਦੱਸ ਤੇਰੀ ਕੀ ਮਰਜ਼ੀ, ਤੇਰੇ ਉੱਤੇ ਹੋ ਗਿਆ ਦਿਆਲ, ਦੱਸ ਤੇਰੀ ਕੀ ਮਰਜ਼ੀ। ਕਿੰਨੀ ਵਾਰ ਹਿੰਮਤ ਲਿਆਂਦੀ ਸੀ, ਡੁੱਬ ਜਾਣੀ ਤਾਂ
ਮੈਨੂੰ ਜੀਵ ਜਗ ਜਾਂਦੀ ਸੀ ਨਿਵਾਰ ਹਿੰਮਤ ਲਿਆਂਦੀ ਸੀ ਡੁੱਬ ਜਾਣੀ ਤਾਲੂਏ ਨੂੰ ਜੀਵ ਲੱਗ ਜਾਂਦੀ ਸੀ ਨੀ ਡੁੱਬ ਜਾਣੀ ਤਾਲੂਏ ਨੂੰ ਜੀਵ ਲੱਗ ਜਾਂਦੀ ਸੀ ਮਾਰੇ ਡਰਦੇ ਹੁੰਦਾ ਸੀ ਬੁਰਾ ਹਾਲ ਡਰ ਕੇ ਹੁੰਦਾ ਸੀ ਬੁਰਾ ਹਾਲ ਦੱਸ ਤੇਰੀ ਕੀ ਮਰਜ਼ੀ ਦਿਲ ਤੇਰੇ ਉੱਤੇ ਹੋ ਗਿਆ ਦਿਆਲ ਦੱਸ ਤੇਰੀ ਕੀ ਮਰਜ਼ੀ ਵੀ ਤੇਰੇ ਉੱਤੇ ਹੋ ਗਿਆ ਦਿਆਲ ਦੱਸ ਤੇਰੀ ਕੀ ਮਰਜ਼ੀ ਸਰੀਰ ਦੂਣੀ ਜਾਨ ਹੋ ਜੇ ਜੱਟ ਦੀ ਪਿੰਡ ਪਿੰਡ ਰੁੱਖਾਂ ਵਿੱਚ ਸ਼ਾਨ ਹੋ ਜੇ ਜੱਟ ਦੀ ਰਾਜਾ ਸਰੀਰ ਦੂਣੀ ਜਾਨ ਹੋ ਜੇ ਜੱਟ ਦੀ ਮਿੱਠੇ ਵਾਲ ਪਿੰਡ ਵਿੱਚ ਸ਼ਾਨ ਹੋ ਜੇ ਜੱਟ ਦੀ ਨੀ ਮਿੱਠੇ ਵਾਲ ਪਿੰਡ ਵਿੱਚ ਸ਼ਾਨ ਹੋ ਜੇ ਜੱਟ ਦੀ ਕਰ ਲਵਲੀ ਦਾ ਨੀ ਕਰ ਲਵਲੀ ਦਾ ਥੋੜਾ ਜਾ ਖਿਆਲ ਦੱਸ ਤੇਰੀ ਕੀ ਮਰਜ਼ੀ ਤੇਰੇ ਉੱਤੇ ਹੋ ਗਿਆ ਦਿਆਲ ਦੱਸ ਤੇਰੀ ਕੀ ਮਰਜ਼ੀ ਤੇਰੇ ਉੱਤੇ ਹੋ ਗਿਆ ਦਿਆਲ ਦੱਸ ਤੇਰੀ ਕੀ ਮਰਜ਼ੀ ਤੇਰੇ ਉੱਤੇ ਹੋ ਗਿਆ ਦਿਆਲ ਦੱਸ ਤੇਰੀ ਕੀ ਮਰਜ਼ੀ ਤੇਰੇ ਉੱਤੇ ਹੋ ਗਿਆ ਦਿਆਲ ਦੱਸ ਤੇਰੀ ਕੀ ਮਰਜ਼ੀ ਬਹੁਤ ਸਾਰਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਬਹੁਤ ਮਾਣ ਧੰਨ ਬੜਾ ਸਤਿਕਾਰ ਸੱਜਣਾ ਵੱਲੋਂ ਆ ਰਿਹਾ ਜੀ ਮੈਂ ਮਸ਼ਕੂਰ ਹੈ ਦਿਆਲਪੁਰੀ ਸਾਹਿਬ ਥੈਂਕ ਯੂ ਲੋਕ ਕਥਾਵਾਂ ਮੈਂ ਕਿਹਾ ਤੁਸੀਂ ਗਾ ਲੈਣੀ ਹੈ ਮੈਂ ਦਗਾਣਾ ਹੀ ਗਾ ਲੈਂਦਾ ਠੀਕ ਹੈ ਕੋਈ ਨਹੀਂ ਲਾ ਲੈਂਦਾ ਪਹਿਲਾਂ ਦੋ ਚਾਰ ਜਲਪੁਰੀ ਸਾਹਿਬ ਵੱਲੋਂ ਮਸ਼ਹੂਰ ਗੀਤ ਸੰਸਾਰ ਭਰ ਦੇ ਲੋਕਾਂ ਨੇ ਗਾਇਆ ਖਾਸ ਕਰਕੇ ਸਵਰਗਵਾਸੀ ਲੋਕ ਗਾਇਕਾ ਸਾਡੀ ਭੈਣ ਪਰਮਿੰਦਰ ਸੰਧੂ ਜੀ ਦਾ ਜੀਵਨ ਦਾ ਉਹਨਾਂ ਦਾ ਸਭ ਤੋਂ ਗੋਲਡਨ ਗੀਤ ਰੰਗਪੁਰ ਰੰਗ ਲਾਉਣ ਵਾਲੀ ਹੈ ਮੈਨੂੰ ਮਾਣ ਹੈ ਕਿ ਮੇਰਾ ਲਿਖਿਆ ਹੋਇਆ ਸੀਗਾ ਫਰਮਾਇਸ਼ ਕਰਦੇ ਧੰਨਵਾਦੀ ਹੈ ਪਹਿਲਾਂ ਮੈਂ ਥੋੜ੍ਹਾ ਜਿਹਾ ਦੁਗਾਣਿਆਂ ਨੂੰ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਲਾਉਣਾ ਖੂਬਸੂਰਤ ਗੀਤ ਹੈ ਜੀ ਦੇਖੋ ਜੀ ਨਵੀਂ ਲਿਆਂਦੀ ਗੱਡੀ ਹੋਵੇ ਤੇ ਨਾਲ ਸੱਜ ਵਿਆਹੀ ਨੱਡੀ ਹੋਵੇ ਤੇ ਤੋਲਾ ਕਿ ਢਿੱਡ 'ਚ ਛੱਡੇ ਹੋਵੇ ਕਹਿੰਦੇ ਭੁੰਜੇ ਪੈਰ ਲੱਗਦੇ ਆ ਨਹੀਂ ਲੱਗਦੇ ਇਸੇ ਲੋਕੇਸ਼ਨ ਦਾ ਗੀਤ ਹੈ ਜੀ
ਮੇਰਾ ਕੋਈ ਵੀਰ ਨਵਾਂ ਨਵਾਂ ਟਰੱਕ ਕਢਾ ਕੇ ਲਿਆਉਂਦਾ ਹੈ ਤੇ ਨਸ਼ੇ ਦੀ ਲੋੜ ਦੇ ਵਿੱਚ ਖੁਸ਼ੀ 'ਚ ਉਹਨੂੰ ਭਜਾਈ ਜਾਂਦਾ, ਦਵੱਲੀ ਜਾਂਦਾ, ਨਾਲ ਘਰ ਵਾਲੀ ਬੈਠੀ ਹੈ, ਸਮਝਾਉਂਦੀ ਹੈ, ਕਹਿੰਦੀ ਸਰਦਾਰ ਜੀ ਹੌਲੀ ਚੱਲੋ। ਕਹਿੰਦਾ ਜੀ ਕਿਉਂ, ਕੀ ਗੱਲ ਹੋ ਗਈ? ਕਹਿੰਦੀ ਦੇਖੋ ਜਾਣਾ ਤਾਂ ਆਪਾਂ ਪਿੰਡ ਹੀ ਹੈ, ਮਿੱਠੇ ਵਾਲ ਕਿਤੇ ਭੱਜ ਤਾਂ ਚੱਲਿਆ ਨਹੀਂ, ਜਰਾ ਮੋਠਾਂ ਵਾਲਾ ਭੱਜ ਤਾਂ ਚੱਲਿਆ ਨਹੀਂ ਕਿਤੇ, ਆਪਾਂ 10 ਮਿੰਟ ਲੇਟ ਚੱਲੇ ਜਾਵਾਂਗੇ। ਮੈਂ ਸਮਝਦਾ ਵੀ ਇਹ ਜਿਹੜੀ ਔਰਤ ਜਾਤ ਹੈ ਇਹਨਾਂ 'ਤੇ ਪਰਮਾਤਮਾ ਦੀ ਕਿਰਪਾ ਕੁਝ ਜ਼ਿਆਦਾ ਆਉਂਦੀ ਹੈ, ਹੁੰਦੀ ਹੈ, ਇਹਨਾਂ ਨੂੰ ਆਉਣ ਵਾਲੇ ਖਤਰੇ ਦਾ ਪਹਿਲਾਂ ਪਤਾ ਲੱਗਦਾ ਹੈ। ਪੂਜਾ ਪਾਠ ਬਹੁਤ ਕਰਦੀਆਂ ਜੀ, ਬੜਾ ਬਾਬਿਆਂ ਦੇ ਜਾਂਦੀਆਂ ਹੈ ਜੀ, ਬੜਾ ਕੁਛ ਮੰਦਰਾਂ 'ਚ, ਮਸੀਤਾਂ 'ਚ, ਗੁਰਦੁਆਰਿਆਂ 'ਚ, ਬੜਾ ਪਰਮਾਤਮਾ ਬੰਦਿਆਂ ਕੋਲ ਤਾਂ ਟਾਈਮ ਹੀ ਬਹੁਤ ਘੱਟ ਹੁੰਦਾ, ਬੜੀਆਂ ਟੈਨਸ਼ਨਾਂ ਹੁੰਦੀਆਂ ਨੇ, ਹੋਰ ਵੀ ਪੰਗੇ ਹੁੰਦੇ ਆ। ਮੇਰੇ ਕਹਿਣ ਤੋਂ ਭਾਵ ਹੈ ਵੀ ਰੱਬ ਦਾ ਜਾਂ ਤਾਂ ਇਹਨਾਂ ਨੂੰ ਆਉਣ ਵਾਲੇ ਖਤਰੇ ਦਾ ਪਹਿਲਾਂ ਪਤਾ ਲੱਗ ਜਾਂਦਾ, ਜਾਂ ਫਿਰ ਇਹਨਾਂ ਦਾ ਦਿਲ ਕਮਜ਼ੋਰ ਹੁੰਦਾ, ਇਹ ਅਨੈਲਿਸਿਸ ਤੁਸੀਂ ਆਪ ਕਰ ਲਿਓ। ਲਓ ਜੀ, ਘਰ ਵਾਲੀ ਸਮਝਾਉਂਦੀ ਹੈ, ਕਹਿੰਦੀ ਹੌਲੀ ਚੱਲ ਦੇ ਕਾਕਾ ਜੀ, ਅੱਗੋਂ ਕੀ ਜਵਾਬ ਦਿੰਦੇ ਹੈ, ਤੁਹਾਡੀ ਸੇਵਾ 'ਚ ਖੂਬਸੂਰਤ ਗਾਣਾ, ਗੱਡੀ ਟਾਇਰ 'ਤੇ ਘੁਮਾਉਂਦਾ। ਬਾਈ ਜੀ ਦੇ ਨਾਂ ਤੋਂ ਬਹੁਤ ਸਾਰਾ ਮਾਣ ਸਨਮਾਨ, ਗੱਡੀ ਟਾਇਰ 'ਤੇ ਘੁਮਾਉਂਦਾ, ਦੇਖਿਓ ਜੀ, ਮਿਹਰਬਾਨੀ, ਥੈਂਕ ਯੂ। ਬੈਠੀ ਨਾਲ ਹੋਵੇ ਹੋਰ ਝੜੇ ਸੋਹਣੀਏ ਸੂਰ, ਬੈਠੀ ਨਾਲ ਹੋਵੇ ਹੋਰ ਝੜੇ ਸੋਹਣੀਏ ਸੂਰ, ਜਦੋਂ ਮਾਵਾ ਖਾ ਕੇ ਹੋ ਜਾਈਏ ਤਿਆਰ, ਸੋਹਣੀਏ ਨੇ ਗੱਡੀ ਟਾਇਰ 'ਤੇ, ਟਾਇਰ 'ਤੇ ਘੁਮਾਉਂਦਾ ਫਿਰ ਯਾਰ, ਸੋਹਣੀਏ ਨੇ ਗੱਡੀ ਟਾਇਰ 'ਤੇ, ਟਾਇਰ 'ਤੇ ਘੁਮਾਉਂਦਾ ਗੱਡੀ ਯਾਰ, ਸੋਹਣੀਏ ਨੇ ਗੱਡੀ ਟਾਇਰ 'ਤੇ, ਗੱਡੀ ਨੱਪੇ ਉੱਤੇ ਜਾਵੇ ਮੇਰਾ ਦਿਲ ਘਬਰ ਆਵੇ, ਗੱਡੀ ਨੱਪੇ ਉੱਤੇ ਜਾਵੇ ਮੇਰਾ ਦਿਲ ਘਬਰ ਆਵੇ, ਬੈਠੀ ਨਾਲ ਹੋਵੇ ਹੋਰ ਝੜੇ ਸੋਹਣੀਏ ਜ਼ਰੂਰ, ਬੈਠੀ ਨਾਲ ਹੋਵੇ ਹੋਰ ਝੜੇ ਸੋਹਣੀਏ ਜ਼ਰੂਰ, ਜਦੋਂ ਮਾਵਾ ਖਾ ਕੇ ਹੋ ਜਾਈਏ ਤਿਆਰ, ਸੋਹਣੀਏ ਨੀ ਗੱਡੀ ਟਾਇਰ 'ਤੇ, ਟਾਇਰ 'ਤੇ ਘੁਮਾਉਂਦਾ ਫਿਰ ਯਾਰ, ਸੋਹਣੀਏ ਨੀ ਗੱਡੀ ਟਾਇਰ 'ਤੇ, ਇੱਕ ਟਾਇਰ 'ਤੇ ਘੁਮਾਉਂਦਾ ਗੱਡੀ ਯਾਰ, ਸੋਹਣੀਏ ਨੀ ਗੱਡੀ ਟਾਇਰ 'ਤੇ, ਬਹੁਤੀ ਖਰੀਦਣੀ ਹਿੰਦ ਜਿਵੇਂ ਪਾਰੇ ਵਾਂਗੂ ਡੋਲੇ, ਮੇਰੀ ਤੱਕੜੀ ਦੀ
ਜਦੋਂ ਉੱਡਦੀ ਹਵਾ 'ਚ ਰਾਣੀ ਲੱਗ ਜਾਂਦੀ ਲਹਿਰ, ਜਦੋਂ ਉੱਡਦੀ ਹਵਾ 'ਚ ਰਾਣੀ ਲੱਗ ਜਾਂਦੀ ਲਹਿਰ, ਉਦੋਂ ਮੱਲੋ ਮਲੀਰੇ ਤੇ ਟਕਾਇਆ ਜਾਂਦਾ ਪੈਰ। ਉੱਡਦੀ ਹਵਾ 'ਚ ਰਾਣੀ ਲੱਗ ਜਾਂਦੀ ਲਹਿਰ, ਜਦੋਂ ਉੱਡਦੀ ਹਵਾ 'ਚ ਗੱਡੀ ਲੱਗ ਜਾਂਦੀ ਲਹਿਰ, ਉਦੋਂ ਮੱਲੋ ਮਲੀਰੇ ਤੇ ਦਬਾਇਆ ਜਾਂਦਾ ਪੈਰ। ਤੇਰੇ ਸੁੱਖ ਦੇ ਕਦਮ ਸਾਡਾ ਨਿੱਤ ਦਾ ਹੀ ਕੰਮ, ਤੇਰੇ ਸੁੱਖ ਦੇ ਕਦਮ ਸਾਡਾ ਨਿੱਤ ਦਾ ਹੀ ਕੰਮ, ਜਰਾ ਜੱਟ ਉੱਤੇ ਰੱਖ ਅਤਵਾਰ, ਸੋਣੀਏ ਨੀ ਗੱਡੀ ਟੈਰ ਤੇ, ਟੈਰ ਤੇ ਕਮਾਉਂਦਾ ਗੱਡੀਆ, ਸੋਣੀਏ ਨੀ ਗੱਡੀ ਟੈਰ ਤੇ, ਇੱਕ ਟੈਰ ਤੇ ਕਮਾਉਂਦਾ ਗੱਡੀਆ, ਸੋਣੀਏ ਨੀ ਗੱਡੀ ਟੈਰ ਤੇ। ਪਿੰਡ ਬਖਤੜੀ ਵਾਲੇ ਇਹ ਗੱਲ ਮਸ਼ਹੂਰ, ਪਿੰਡ ਬਖਤੜੀ ਹਾਕਮਾਂ ਦੀ ਗੱਲ ਮਸ਼ਹੂਰ, ਦਿੱਲੀ ਪੈਰਾਂ ਵਿੱਚ ਦੱਸੇ ਬੰਬੇ ਲੱਗਦਾ ਨਾ ਦੂਰ। ਪਿੰਡ ਬਖਤੜੀ ਹਾਕਮਾਂ ਦੀ ਗੱਲ ਮਸ਼ਹੂਰ, ਪਿੰਡ ਬਖਤੜੀ ਵੱਲ ਇਹ ਗੱਲ ਮਸ਼ਹੂਰ, ਦਿੱਲੀ ਪੈਰਾਂ ਵਿੱਚ ਦੱਸੇ ਬੰਬੇ ਲੱਗਦਾ ਨਾ ਦੂਰ। ਤੇਰੇ ਸੁੱਖ ਦੇ ਕਦਮ ਜਦੋਂ ਰੱਬ ਬੈਠਾ ਰੱਬ ਨੂੰ ਧਿਆਵਾਂ, ਉੱਤੋਂ ਤੇਰੀਆਂ ਦੁਆਵਾਂ, ਬੈਠਾ ਰੱਬ ਨੂੰ ਧਿਆਵਾਂ, ਉੱਤੋਂ ਤੇਰੀਆਂ ਦੁਆਵਾਂ, ਫਿਰ ਕਿਵੇਂ ਦੱਸ ਹੋਜੂ ਸਾਡੀ ਹਾਰ, ਸੋਣੀਏ ਨੀ ਗੱਡੀ ਟੈਰ ਤੇ, ਟੈਰ ਤੇ ਘੁੰਮਾਉਂਦਾ ਮੇਰੀ ਹਾਰ, ਸੋਣੀਏ ਨੀ ਗੱਡੀ ਟੈਰ ਤੇ। ਟੈਰ ਤੇ ਘੁੰਮਾਉਂਦਾ ਗੱਡੀ ਯਾਰ, ਸੋਣੀਏ ਨੀ ਗੱਡੀ ਟੈਰ ਤੇ। ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਮਾਨ ਸਨਮਾਨ, ਬੜਾ ਹੀ ਸਤਿਕਾਰ ਭੇਜ ਰਿਹਾ ਸੱਜਣ। ਮੈਂ ਗੱਡੀ ਟੈਰ ਤੇ ਘੁਮਾਉਂਦਾ, ਇਹ ਡਰਾਈਵਰਾਂ ਦੇ ਵਿੱਚ ਨਾ ਖਾਸੀਅਤ ਹੁੰਦੀ, ਨਵੀਂ ਗੱਡੀ ਕਢਾਉਣਗੇ ਨਾ ਸਭ ਤੋਂ ਪਹਿਲਾਂ ਪੇਂਟਰ ਕੋਲ ਜਾਣਗੇ, ਭਾਵੇਂ ਪੂਰੇ ਕਰੋੜ ਦੀ ਹੋਵੇ ਭਾਵੇਂ ਡੇਢ ਕਰੋੜ ਦੀ ਗੱਡੀ ਹੋਵੇ, ਜਾ ਕੇ ਲਿਖਾਉਣਗੇ, ਨਵਾਂ ਟਰੱਕ ਲੈ ਆਉਣਗੇ, ਉਹਦੇ ਕੀ ਲਿਖਿਆ ਹੁੰਦਾ ਹੱਟ ਪਿੱਛੇ, ਫਿਰ ਮਿਲਾਂਗੇ। ਉਦੋਂ ਬਾਅਦ ਟਰੱਕ ਜੋ 3-4 ਸਾਲ ਚੱਲ ਜਾਂਦਾ, ਥੋੜ੍ਹਾ ਬਹੁਤਾ ਡੱਬੇ ਡੱਬਿਆਂ 'ਚ ਹੋ ਜਾਂਦਾ, ਉਦੋਂ ਬਾਅਦ ਉੱਥੇ ਕੀ ਲਿਖ ਲੈਂਦੇ ਆ, ਮਿਲੇਗਾ ਮੁਕੱਦਰ, ਇਹ ਗੱਲ ਮੁਕੱਦਰਾਂ 'ਤੇ ਆ ਜਾਂਦੀ ਹੈ। ਉਦੋਂ 12-14 ਸਾਲ ਬਾਅਦ ਟਰੱਕ ਦੀ ਹਾਲਤ ਇਹ ਹੁੰਦੀ ਹੈ, ਸਟੇਅਰਿੰਗ ਕਿਸੇ ਬੰਨੇ, ਟਾਇਰ ਕਿਸੇ ਬੰਨੇ, ਬਾਬਾ ਉਦੋਂ ਟਰੱਕ 'ਤੇ ਕੀ ਲਿਖਿਆ ਹੁੰਦਾ, ਚੱਲ ਰਾਣੀ ਤੇਰਾ ਰੱਬ ਰਾਖਾ, ਉਦੋਂ ਸਿਆਪਾ ਕਰਨਾ ਸ਼ੁਰੂ ਕਰ ਦਿੰਦੇ। ਅਗਲਾ ਗਾਣਾ ਲਾਓ,
ਮਿਹਰਬਾਨੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਇਹ ਪਿਆਰ ਬੜੀ ਬੁਰੀ ਬਿਮਾਰੀ ਹੈ ਦਿਲਪੁਰੀ, ਇਹ ਕਿਸੇ ਵੀ ਬੰਦੇ ਨੂੰ ਕਿਸੇ ਵੀ ਉਮਰ 'ਚ ਕਿਤੇ ਵੀ ਚਿੰਬੜ ਜਾਂਦਾ ਹੈ। ਵਲਗੈਰਿਟੀ ਨਹੀਂ, ਬੜੀ ਕਮਾਲ ਦੀ ਗੱਲ ਹੈ। ਜਾਣੀ ਮੁਹੱਬਤ ਇੱਕ ਬੇਪਰਵਾਹ ਵਗਦਾ ਦਰਿਆ ਹੈ, ਇਹਨੂੰ ਸੰਸਾਰ ਦੇ ਕਿਸੇ ਕਿਨਾਰੇ ਦੀ ਜ਼ਰੂਰਤ ਨਹੀਂ ਹੁੰਦੀ, ਆਪਣੇ ਰਸਤੇ ਆਪ ਹੀ ਬਣਦਾ ਹੈ। ਹਮ ਵੀ ਦਰਿਆ ਹੈ ਹਮੇਂ ਆਪਣਾ ਹੁਨਰ ਮਾਲੂਮ ਹੈ, ਹਮ ਵੀ ਦਰਿਆ ਹੈ ਹਮੇਂ ਆਪਣਾ ਹੁਨਰ ਮਾਲੂਮ ਹੈ, ਜਿਸ ਤਰਫ ਵੀ ਚੱਲ ਪੜੇਂਗੇ ਰਸਤਾ ਹੋ ਜਾਏਗਾ। ਮੇਰੇ ਕਹਿਣ ਤੋਂ ਭਾਵੇਂ ਮੁਹੱਬਤ ਬਹੁਤ ਸਾਰਾ ਮਾਣ ਸਰਦਾਰ ਜੀ, ਮਾਨਯੋਗ ਸਰਪੰਚ ਸਾਹਿਬ ਸਰਦਾਰ ਮਨਦੀਪ ਸਿੰਘ ਜੀ ਬੇਅੰਤ ਮਾਇਆ ਮਾਣ ਭੇਜਦੇ ਹੈ, ਚੰਗੇ ਸੱਜਣ ਹੈ। ਪੰਚਾਂ ਨੂੰ ਵੀ ਅੱਜ ਪਾਈ ਦੀ ਹੁੰਦੀ ਹੈ ਜੀ, ਨਗਰ ਵਾਲਿਆਂ ਨੂੰ ਬਹੁਤ ਸਿਆਣੇ, ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਸਰਦਾਰ ਮਨਦੀਪ ਸਿੰਘ ਜੀ, ਸਰਪੰਚ ਸਾਹਿਬ ਥੈਂਕ ਯੂ। ਮੈਂ ਗੱਲ ਕਰ ਰਿਹਾ ਸੀ ਕਿ ਪਿਆਰ ਇੱਕ ਐਸੀ ਚੀਜ਼ ਹੈ, ਕਿਸੇ ਵੀ ਬੰਦੇ ਨੂੰ ਕਿਸੇ ਵੀ ਉਮਰ 'ਚ ਕਿਸੇ ਵੀ ਚੀਜ਼ ਨਾਲ ਹੋ ਸਕਦਾ ਹੈ, ਪਰ ਜਿਹੜਾ ਆਸ਼ਕਾਂ ਨੂੰ ਅੱਜ ਕੱਲ੍ਹ ਸਾਡੇ ਸਮਾਜ ਦੇ ਵਿੱਚ ਬੜੇ ਧੱਕੇ ਧੋੜੇ ਪੈਂਦੇ ਹੈ, ਕੀ ਕਰੀਏ, ਪਰ ਸਾਡਾ ਜਿਹੜਾ ਕਲਾਕਾਰਾਂ ਦੀ ਆਮਦਨ ਦਾ ਜਿਹੜਾ ਸਰੋਤ ਹੈ ਉਹ ਇਹਨਾਂ ਨੌਜਵਾਨਾਂ ਬੱਚਿਆਂ ਵੱਲੋਂ ਹੀ ਹੁੰਦਾ ਜੀ, ਪਿਆਰ ਮੁਹੱਬਤ ਦੇ ਗੀਤਾਂ ਵੱਲੋਂ। ਮੇਰੇ ਕਹਿਣ ਤੋਂ ਭਾਵ ਹੈ ਲਵ ਸੌਂਗ, ਖੂਬਸੂਰਤ ਗਾਣਾ, ਆਪ ਜੀ ਦੀ ਸੇਵਾ ਦੇ ਵਿੱਚ, ਸਮਾਜ ਦੇ ਵਿੱਚ ਇਹਨਾਂ ਨੂੰ ਕਿਵੇਂ ਤੰਗ ਕਰਦੇ, ਕਿਵੇਂ ਧੱਕੇ ਧੋੜੇ ਪੈਂਦੇ ਆ, ਪਰਿਵਾਰਕ ਗੀਤ ਆਪ ਜੀ ਦੀ ਸੇਵਾ ਦੇ ਵਿੱਚ, ਦੁਕਾਨ ਦਵਾਈਆਂ ਦੀ, ਟੈਲੀਵਿਜ਼ਨ ਤੋਂ ਆਪ ਜੀ ਨੇ ਸੁਣਿਆ ਹੀ ਹੋਣਾ, ਤੁਹਾਡੀ ਸੇਵਾ 'ਚ ਕਹਿ ਰਿਹਾ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਉਹ ਸਾਡੀ ਇਸ਼ਕ ਤੇਰੇ ਵਿੱਚ ਹੋ ਗਈ ਨੇ ਫੇਲ ਦੁਕਾਨ ਦਵਾਈਆਂ ਦੀ, ਆਲੇ ਇਸ਼ਕ ਤੇਰੇ ਨੇ ਕਰਤੀ ਫੇਲ ਦੁਕਾਨ ਦਵਾਈਆਂ ਦੀ, ਇੱਕ ਪਲ ਵੀ ਨਹੀਂ ਰਹਿ ਹੁੰਦਾ ਤੇਰਾ ਨਹੀਂ ਵਿਛੋੜਾ ਸਹਿ ਹੁੰਦਾ, ਇੱਕ ਪਲ ਵੀ ਨਹੀਂ ਰਹਿ ਹੁੰਦਾ ਤੇਰਾ ਨਹੀਂ ਵਿਛੋੜਾ ਸਹਿ ਹੁੰਦਾ, ਸਾਡੀ ਇਸ ਗੱਲ ਨੇ ਬੇਦਖਲੀ ਕਰਵਾਤੀ ਕਰਦਿਆਂ ਤੋਂ, ਨਹੀਂ ਕਰਵਾਤੀ ਕਰਦਿਆਂ ਤੋਂ, ਵੇਖਲ ਪਿਆਰ ਤੇਰੇ ਨੇ ਮੇਰੀ ਗੁੱਤ ਪਟਾਤੀ ਕਰਦਿਆਂ ਤੋਂ, ਵੇਖਲ ਮੋਹ ਤੇਰੇ ਨੇ ਮੇਰੀ ਗੁੱਤ ਪਟਾਤੀ ਕਰਦਿਆਂ ਤੋਂ, ਇਸ਼ਕ ਤੇਰੇ ਵਿੱਚ ਹੋ ਗਏ ਫੇਲ
ਦੁਕਾਨ ਦਵਾਈਆਂ ਦੀ, ਸਾਡੀ ਪਿਆਰ ਤੇਰੇ ਨੇ ਕਰਤੀ ਫੇਲ ਦੁਕਾਨ ਦਵਾਈਆਂ ਦੀ। ਤੇਰੇ ਵਾਜੋਂ ਨਹੀਂ ਵੈਰ ਨੇ ਰਹਿ ਹੁੰਦਾ ਹੁਣ ਕੱਲਾ, ਤੇਰੇ ਵਾਜੋਂ ਨਹੀਂ ਵੈਰ ਨੇ ਰਹਿ ਹੁੰਦਾ ਹੁਣ ਕੱਲਾ, ਕਦੇ ਗੋਲੀਆਂ ਖਾਵਾਂ ਹੋ ਗਿਆ ਫੈਂਸੀ ਪੀ ਪੀ ਚੱਲਾ। ਤੇਰੇ ਵਾਜੋਂ ਨਹੀਂ ਵੈਰ ਨੇ ਰਹਿ ਹੁੰਦਾ ਹੁਣ ਕੱਲਾ, ਕਦੇ ਗੋਲੀਆਂ ਖਾਵਾਂ ਹੋ ਗਿਆ ਫੈਂਸੀ ਪੀ ਪੀ ਚੱਲਾ। ਸਾਨੂੰ ਇਸ਼ਕ ਤੇਰੇ ਨੇ, ਸਾਨੂੰ ਪਿਆਰ ਤੇਰੇ ਨੇ, ਚੰਗੀ ਛਾਪ ਪਵਾਤੀ ਕਰਦਿਆਂ ਤੋਂ, ਛਾਪ ਪਵਾਤੀ ਕਰਦਿਆਂ ਤੋਂ। ਇਸ਼ਕ ਤੇਰੇ ਵਿੱਚ ਹੋ ਗਈ ਫੇਲ ਦੁਕਾਨ ਦਵਾਈਆਂ ਦੀ, ਸਾਡੀ ਪਿਆਰ ਤੇਰੇ ਨੇ ਕਰਦੀ ਫੇਲ ਦੁਕਾਨ ਦਵਾਈਆਂ ਦੀ। ਤੂੰ ਨੀ ਮੰਨਦੀ ਆਖਾਂ ਮੈਂ ਤਾਂ ਲੈ ਕਿਧਰੇ ਉੱਡ ਚੱਲਾਂ, ਤੂੰ ਨੀ ਮੰਨਦੀ ਕਹਿਣਾ ਮੈਂ ਤਾਂ ਲੈ ਕਿਧਰੇ ਉੱਡ ਚੱਲਾਂ, ਬਸ ਨੀ ਚੱਲਦਾ ਕੋਟ ਸ਼ਮੀਰ ਚ ਚੰਦ ਕਰਾ ਦੇ ਗੱਲਾਂ। ਦਿਆਲਪੁਰੀ ਸਾਹਿਬ, ਇਹ ਜਿਹੜੇ ਮੁੰਡੇ ਦਾ ਗੀਤ ਲਿਖਿਆ ਹੋਇਆ, ਇਹ ਦੋਵਾਂ ਅੱਖਾਂ ਤੋਂ ਬਲੈਂਡ ਹੈ, ਪਰ ਉਹਦੇ ਦਿਮਾਗ ਦੀ ਰੋਸ਼ਨੀ ਇੰਨਾ ਕੰਮ ਕਰਦੀ ਹੈ। ਇੱਕ ਉਦੋਂ ਮੈਂ ਆਪਣਾ ਗੀਤ ਸੀਗਾ ਤੂੰ ਸੁਣਿਆ ਆਟੇ ਵਾਲੀ ਚੱਕੀ, ਦੋਵੇਂ ਗੀਤ ਉਸੇ ਦੇ ਲਿਖੇ ਹੋਏ ਹੈ। ਚਾਹੁੰਦਾ ਹੈ ਕੋਟ ਸ਼ਮੀਰ ਬਠਿੰਡੇ ਦੇ ਕੋਲ ਪੈਂਦਾ 15 ਕਿਲੋਮੀਟਰ ਦੇ ਪਿੰਡ। ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੂੰ ਨੀ ਮੰਨਦੀ ਆਖਾਂ ਮੈਂ ਤਾਂ ਲੈ ਕਿਧਰੇ ਉੱਡ ਚੱਲਾਂ, ਬਸ ਨੀ ਚੱਲਦਾ ਕੋਟ ਸ਼ਮੀਰ ਚ ਚੰਦ ਕਰਾ ਦੇ ਗੱਲਾਂ। ਐਵੇਂ ਸਿਰ ਫੇਰੇ ਹੁਣ, ਐਵੇਂ ਸਿਰ ਫੇਰੇ ਹੁਣ, ਬਾਟੀ ਜੀ ਮੰਜਵਾਤੀ ਕਰਦਿਆਂ ਤੋਂ, ਜਮਾਂ ਮੰਜਾਤੀ ਕਰਦਿਆਂ ਤੋਂ। ਬੇਗਲ ਪਿਆਰ ਸਾਡੀ ਇਸ਼ਕ ਤੇਰੇ ਵਿੱਚ ਹੋ ਗਈ ਨਿਵੇਲ ਦੁਕਾਨ ਦਵਾਈਆਂ ਦੀ, ਤੇਰੇ ਵਿੱਚ ਹੋ ਗਈ ਨੀ ਫੇਰ ਦੁਕਾਨ ਦਵਾਈਆਂ ਦੀ। ਬਹੁਤ 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 ਸ਼ੁਕਰੀਆ, ਬਹੁਤ ਮਿਹਰਬਾਨੀ ਆ। ਧਰਮ ਨਾਲੇ ਅਨਮੋਲ ਖਜ਼ਾਨਾ ਜੀ, ਅਤੇ ਜਿਹੜਾ ਕਿਸੇ ਵੀ ਕਲਾਕਾਰ ਦੀ ਜ਼ਿੰਦਗੀ 'ਚੋਂ ਕਦੇ ਨਹੀਂ ਮੁੱਕਦਾ, ਪੈਸੇ ਨਾਲੋਂ ਵੱਧ ਜਿਹੜਾ ਤਾੜੀਆਂ ਦਾ ਹੌਸਲਾ ਹੈ। ਔਰ ਮੈਂ ਤਾਂ ਪਿਛਲੀ ਅੱਧੀ ਸਦੀ ਤੋਂ ਮੇਰਾ ਖਿਆਲ ਹੈ ਇਸੇ ਕਰਕੇ ਜਵਾਨ ਹੈ। ਹਾਂਜੀ, ਬਾਬਾ ਜੀ ਵੱਲੋਂ ਕਿਰਪਾ ਹੋਈ ਹੈ ਜੀ, ਬਹੁਤ ਸਾਰਾ ਇਨਾਮ ਆਇਆ, ਅਤੇ ਸਾਡੇ ਭਰਾ ਦਾ ਜੀ ਬਹੁਤ ਸਾਰਾ ਮਾਣ, ਉਹਨਾਂ ਵੱਲੋਂ 500 ਰੁਪਏ ਆਇਆ, ਹੋਰ ਵੀ ਸੱਜਣਾ ਬਹੁਤ ਸਾਰਾ ਮਾਣ ਕੀਤਾ, ਬਹੁਤ ਹੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅਗਲਾ ਖੂਬਸੂਰਤ ਗੀਤ ਆਪ ਜੀ ਦੀ ਸੇਵਾ ਦੇ ਵਿੱਚ ਮੈਂ
ਇਹ ਤਾਂ ਰੁਕਦਾ ਹੀ ਨਹੀਂ, ਵੈਸੇ ਨਹੀਂ ਰੁਕਦਾ 7-8 ਘੰਟੇ। 18 ਫਰਵਰੀ ਦਾ ਤੁਸੀਂ ਉਹਨਾਂ ਨੈੱਟ 'ਤੇ ਕੱਢ ਕੇ ਦੇਖ ਲਿਓ। ਸਾਬੀ ਸਾਡਾ ਨਿੱਕਾ ਵੀਰ ਬਰਾੜ ਸਾਹਿਬ, ਥੈਂਕ ਯੂ, ਸ਼ੁਕਰੀਆ, ਮਿਹਰਬਾਨੀ। ਹੈਂਜੀ ਬੱਗੂ ਵੀਰ ਕਿੱਥੋਂ? ਜਲੰਧਰ ਤੋਂ, ਥੈਂਕ ਜਰਮਨ ਤੋਂ ਬੱਗੂ ਸਾਹਿਬ, ਥੈਂਕ ਯੂ। ਛੋਟੇ ਵੀਰੇ ਪਹਿਲਾਂ ਵੀ ਮਾਣ ਭੇਜਿਆ ਜੀ, ਬਹੁਤ ਮਿਹਰਬਾਨੀ, ਜੁਗ ਜੁਗ ਜੀ ਵਾਸਤੇ ਰਹੇ ਛੋਟੇ ਵੀਰੇ, ਬਹੁਤ ਬਹੁਤ ਸ਼ੁਕਰੀਆ। ਬਹੁਤ ਸਾਰੇ ਵੀਰਾਂ ਵੱਲੋਂ ਮਾਣ ਆਇਆ, ਮੈਂ ਸਾਰੀ ਜ਼ਿੰਦਗੀ ਦੇ ਗਾਣੇ ਗਾਏ ਹੈ ਜੀ, ਪੰਜਾਬੀ ਸੱਭਿਆਚਾਰ ਗਾਇਆ, ਰਿਸ਼ਤਿਆਂ ਦੀ ਗੱਲ ਕੀਤੀ ਹੈ, ਜੇਠ ਭਰਜਾਈ, ਦਿਓਰ ਭਰਜਾਈ, ਹੈਂਜੀ ਸ਼ਰਾਬੀ, ਕਬਾਬੀ, ਡਰਾਈਵਰ, ਅਮਲੀ, ਫਲਾਣਾ, ਟਿਮਕਾ, ਜੀਜਾ ਸਾਲੀ, ਆਹ ਰੌਣਕ ਆ ਜਾਂਦੀ ਹੈ ਨਾ ਜੀਜਾ ਸਾਲੀ ਦਾ ਨਾਂ ਸੁਣ ਕੇ। ਧਰਮ ਵਾਲੇ ਬੰਦਿਆਂ ਦੀ ਤਾਂ ਗੱਲ ਛੱਡੋ, ਵੱਡੇ ਵੱਡੇ, ਇਹ ਸਾਡਾ ਬੜਾ ਪਿਆਰਾ ਅਤੇ ਚੁਲਬਲਾ ਰਿਸ਼ਤਾ ਜੀ, ਜੀਜਾ ਸਾਲੀ ਦਾ। ਔਰ ਸਿਆਣੇ ਤਾਂ ਇੱਥੋਂ ਤੱਕ ਬੱਗੂ ਕਹਿੰਦੇ ਹੈ, ਕਹਿੰਦੇ ਬਾਗ ਹੀ ਕਾਹਦਾ ਜੇ ਮਾਲੀ ਨਾ ਹੋਵੇ, ਉਹ ਬਾਗ ਹੀ ਕਾਹਦਾ ਜੇ ਮਾਲੀ ਨਾ ਹੋਵੇ, ਉਹ ਮਹਿਫਲੀ ਕਾਹਦੀ ਜੇ ਤਾਲੀ ਨਾ ਹੋਵੇ, ਅਤੇ ਉਹ ਝਗੜਾ ਹੀ ਕਾਹਦਾ ਜੇ ਗਾਲੀ ਨਾ ਹੋਵੇ, ਅਤੇ ਫਿਰ ਸਹੁਰੇ ਕੀ ਟੱਟੂ ਜੇ ਸਾਲੀ ਨਾ ਹੋਵੇ। ਇੱਕ ਨੌਜਵਾਨ ਸਾਲੀ ਆਪਣੇ ਜੀਜੇ ਨੂੰ ਫਰਮਾਇਸ਼ ਪਾਉਂਦੀ ਹੈ ਜੀ ਆਪਣੇ ਰਿਸ਼ਤੇ ਲਈ, ਕਹਿੰਦੀ ਮੇਰਾ ਵੀ ਕਿਤੇ ਚੰਗਾ ਜਿਹਾ ਰਿਸ਼ਤਾ ਕਰਾ ਦੇ ਲਓ। ਬੜਾ ਖੂਬਸੂਰਤ ਗੀਤ, ਮੈਂ ਬਾਹਲੀਆਂ ਗੱਲਾਂ ਨਾ ਕਰਾਂ, ਕਹਿੰਦੇ ਟਾਈਮ ਦੀ ਥੋੜ੍ਹੀ ਜਿਹੀ ਸ਼ੋਰਟੇਜ ਹੀ ਹੈ ਜੀ। ਮੁੰਡਾ ਤਾਏ ਦਾ ਲੱਗਾ ਪਟਵਾਰੀ, ਸਾਲੀ ਫਰਮਾਇਸ਼ ਕਰਦੀ ਹੈ ਵੀ ਮੇਰਾ ਸੋਹਣਾ ਜਿਹਾ ਮੁੰਡਾ ਦੇਖ ਕੇ ਕੋਈ ਰਿਸ਼ਤਾ ਕਰਾ ਦਿਓ। ਕਹਾਂ ਜੀਜਾ ਬੜਾ ਸਿਆਣਾ ਹੁੰਦਾ, ਘਰ ਵਾਲੇ ਨੂੰ ਖਿੱਚਦਾ, ਚੰਗੀਆਂ ਗੱਲਾਂ ਸਿਆਣਿਆਂ ਤੋਂ ਸਿੱਖਣੀਆਂ ਚਾਹੀਦੀਆਂ ਜੀ। ਇਹ ਜਿਹੜੇ ਧੌਲੇ ਹੁੰਦੇ ਹੈ, ਸਰਪੰਚ ਸਾਹਿਬ ਬੈਠੇ ਵੱਡੀ ਉਮਰ ਦੇ ਭਰਾ ਸਾਡੇ, ਵੀ ਇਹ ਧੌਲੇ ਜਿਹੜੇ ਧੁੱਪ 'ਚ ਨਹੀਂ ਆਉਂਦੇ, ਇਹਨਾਂ ਦੇ ਪਿੱਛੇ ਜ਼ਿੰਦਗੀ ਦਾ ਤਜਰਬਾ ਲੁਕਿਆ ਹੁੰਦਾ ਹੈ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਘਰ ਦੀ ਕੰਧ ਵੀ ਸਿੱਟਣੀ ਹੋਵੇ ਤਾਂ ਵਿਹੜੇ ਵੱਲ ਸਿੱਟਣੀ ਚਾਹੀਦੀ ਹੈ, ਗਲੀ 'ਚੋਂ ਲੋਕ ਇੱਟਾਂ ਚੱਕ ਲੈਂਦੇ ਹੈ। ਤਾਂ ਕੁੜੀ ਦਾ ਜੀਜਾ ਬੜਾ ਸਿਆਣਾ ਜੀ, ਰਿਸ਼ਤਾ ਘਰ ਵਾਲੇ ਨੂੰ ਖਿੱਚਦਾ, ਕਹਿੰਦਾ ਮੁੰਡਾ ਤਾਏ ਦਾ ਲੱਗਾ ਪਟਵਾਰੀ ਨਹੀਂ, ਨੋਟਾਂ ਵਿੱਚ ਖੇਡਿਆ ਕਰੀ। ਟੈਲੀਵਿਜ਼ਨ ਦਾ ਖੂਬਸੂਰਤ ਗਾਣਾ ਤੁਹਾਡੇ ਚਰਨਾਂ ਦੇ ਵਿੱਚ, ਮਿਹਰਬਾਨੀ, ਥੈਂਕ ਯੂ। ਲੁੱਟੀ ਸਾਲੀਏ ਨਜ਼ਾਰੇ ਗੱਲ ਲੱਗ ਗਈ ਕਿਨਾਰੇ, ਲੁੱਟੀ ਸਾਲੀਏ ਨਜ਼ਾਰੇ ਗੱਲ ਲੱਗ ਗਈ ਕਿਨਾਰੇ, ਬਸ ਛੇਤੀ ਰੱਖ ਖਿੱਚ ਕੇ ਤਿਆਰੀ, ਮੈਨੂੰ ਤਾਂ ਵਿੱਚ ਖੇਡਿਆ ਕਰੀ, ਨੀ ਮੁੰਡਾ ਤਾਏ ਦਾ ਲੱਗਾ ਪਟਵਾਰੀ, ਨੋਟਾਂ ਵਿੱਚ ਖੇਡਿਆ ਕਰੀ, ਮੁੰਡਾ ਤਾਏ ਦਾ ਲੱਗਾ ਪਟਵਾਰੀ, ਨੋਟਾਂ ਵਿੱਚ ਖੇਡਿਆ ਕਰੀ।
ਦੂਜਾ ਬਸ ਰੱਖਣੀ ਧਿਆਨ ਉਹ ਵੀ ਛੋਟਾ ਪਰਿਵਾਰ ਨਾ ਦਿਓਰ ਨਾ ਬਸ ਰੱਖ ਲੈ ਧਿਆਨ ਉਹ ਵੀ ਛੋਟਾ ਪਰਿਵਾਰ ਨਾ ਦਿਓਰ ਨਾ ਆਨੜਾ ਦੂਰ ਦੂਰ ਤੱਕ ਆਉਣੀ ਜਾਣੀ ਭੁੱਲਾ ਦਾ ਅਹਿਸਾਸ ਚੀਚਿਆ ਵਿੱਚ ਲੱਭਦੇ ਹਾਰ ਦਾਣੀ ਲੱਭਦੇ ਦੀ ਅਹਿਸਾਸ ਚੀਚਿਆ ਜਿੱਥੇ ਲੱਭਦੇ ਹਾਰ ਦਾਣੀ ਨਾ ਭੁੱਲਦੀ ਅਹਿਸਾਸ ਚੀਚਿਆ ਮੁੰਡਾ ਪੁੱਜ ਕੇ ਸ਼ਰੀਫ ਮੂੰਹ ਤੇ ਤਰੇ ਨਾ ਸ਼ਰਾਬ ਮੁੰਡਾ ਪੁੱਜ ਕੇ ਸ਼ਰੀਫ ਮੂੰਹ ਤੇ ਤਰੇ ਨਾ ਸ਼ਰਾਬ ਤੇਰੇ ਬੰਨ ਕੇ ਲਜਾਊ ਤੈਨੂੰ ਪਾਸ਼ ਲੰਬੀ ਟਾਵ ਤੇਰੇ ਬੰਨ ਕੇ ਲਜਾਊ ਤੈਨੂੰ ਪਾਸ਼ ਲੰਬੀ ਟਾਵ ਬੈਦੀ ਲੈ ਕੇ ਨਾਲ ਲਾਲ ਫੁਲਕਾਰੀ ਸਾਨੂੰ ਤਾਂ ਵਿੱਚ ਖੇਡਿਆ ਕਰੀ ਤੇ ਮੁੰਡਾ ਤਾਏ ਦਾ ਲਗਰ ਪਟਵਾਰੀ ਲੁੱਟਾਂ ਵਿੱਚ ਖੇਡਿਆ ਕਰੀ ਤਾਏ ਦਾ ਲਗਾ ਪਟਵਾਰੀ ਸਾਨੂੰ ਤਾਂ ਵਿੱਚ ਖੇਡਿਆ ਕਰੀ ਉਹ ਬਸ ਕਰੋ ਮੈਂ ਵੀ ਮਾਈਕ ਤੇ ਆਇਆ ਪਿਆ ਇੱਦਾਂ ਮੈਨੂੰ ਲੜਾਉਣ ਦੇ ਮੁੰਡਾ ਤਾਏ ਦਾ ਲੱਗਾ ਪਟਵਾਰੀ ਬੀਬੀ ਕੀ ਸਮਝੀ ਹੈ ਤੂੰ ਨਹੀਂ ਸਮਝੀ ਉਹ ਪਟਵਾਰੀ ਲੱਗਾ ਕੋਈ ਡੀਸੀ 3 ਲੱਗਾ ਹੋਇਆ ਉਹਨੇ ਮਰਲੇ ਇੱਧਰ ਸਰਸਾਈਆਂ ਉੱਧਰ ਕਨਾਲਾ ਉੱਧਰ ਕਿਸੇ ਦਾ ਪਲਾਟ ਇੱਧਰ ਕਿਸੇ ਦਾ ਪਲਾਟ ਉੱਧਰ ਸਮਝੀ ਹੈ ਨਾ ਕਿੱਦਾਂ ਬਣਦਾ ਸਾਰਾ ਸਮਾਨ ਰਿਸ਼ਵਤ ਲੈਂਦਾ ਹੀ ਕਿਉਂ ਰਹਿ ਹੱਸਦਾ ਹਸਾਉਂਦਾ ਮੈਨੂੰ ਜੀਤ ਜੀਤ ਕਹਿ ਕੇ ਰਹਿ ਪਿਆਰ ਨਾ ਬੁਲਾਉਂਦਾ ਉਹ ਠੰਡੇ ਜੇ ਸੁਭਾਅ ਦਾ ਰਹਿ ਹੱਸਦਾ ਹਸਾਉਂਦਾ ਮੈਨੂੰ ਜੀਤ ਜੀਤ ਕਹਿ ਕੇ ਰਹਿ ਪਿਆਰ ਨਾ ਬੁਲਾਉਂਦਾ ਪੱਚੀ ਕਿੱਲਿਆਂ ਚ ਕੋਠੀ ਦੂਰੋਂ ਦਿਸਦਾ ਚੁਬਾਰਾ ਕਿੱਲਿਆਂ ਚ ਕੋਠੀ ਦੂਰੋਂ ਦਿਸਦਾ ਚੁਬਾਰਾ ਐਨੀ ਖੁਰਲੀ ਵੀ ਕੱਚੀ ਲਾਉਣਾ ਮਿੱਟੀ ਨਾ ਕੋਈ ਗਾਰਾ ਐਨੀ ਖੁਰਲੀ ਵੀ ਕੱਚੀ ਲਾਉਣਾ ਮਿੱਟੀ ਨਾ ਕੋਈ ਗਾਰਾ ਸਾਰੀ ਉਮਰ ਕਰੇਗੀ ਸਰਦਾਰੀ ਸਾਨੂੰ ਤਾਂ ਵਿੱਚ ਖੇਡਿਆ ਕਰੀ ਤੇ ਮੁੰਡਾ ਤਾਰੇ ਦਾ ਲੱਗਾ ਪਟਵਾਰੀ ਸਾਰੇ ਜੀਜਿਆ ਮੇਰੇ ਲੱਭਦੇ ਹਾਰ ਦਾ ਹਾਰੀ
ਤਾਂ ਵਿੱਚ ਖੇਡਿਆ ਕਰੀ ਮੁੰਡਾ ਤਾਏ ਦਾ ਲੱਗੇ ਪਟਵਾਰੀ ਇਹ ਗੱਲ ਮੈਨੂੰ ਨੀ ਕਹਿਣਾ ਆਉਂਦਾ, ਮੈਂ ਗੱਡੀ ਰੋਕਣ ਲੱਗਾ। ਦਿਆਲਪੁਰੀ ਜੀ ਕਿੱਧਰ ਨੇ? ਠੀਕ ਹੈ, ਚਲੋ ਮੈਂ ਫਿਰ ਇਹਨੇ ਇੱਕ ਲਾ ਲਾਂ ਹੋਰ ਗੀਤ। ਕਿਸੇ ਸੱਜ ਵਿਆਹੀ ਨੂੰ ਆਪਣੇ ਸਵਰਗਵਾਸੀ ਸਹੁਰਾ ਸਾਹਿਬ ਦਾ ਸੁਪਨਾ ਆ ਜਾਂਦਾ ਜੀ। ਉਹ ਸਵੇਰੇ ਉੱਠ ਕੇ ਆਪਣੇ ਪਤੀ ਦੇਵ ਨਾਲ ਗੱਲਾਂ ਕਰਦੀ ਹੈ, ਸਟੋਰੀ ਕੀ ਹੈ, ਆਹੋ ਜੀ ਸਵਰਗਵਾਸੀ ਮਰਿਆ ਹੋਇਆ ਨਹੀਂ ਹੁੰਦਾ। ਪ੍ਰਵਾਨਾ ਜੀ, ਸੱਜ ਵਿਆਹੀ ਨੂੰ ਆਪਣੇ ਸਵਰਗਵਾਸੀ ਸਹੁਰਾ ਸਾਹਿਬ ਦਾ ਸੁਪਨਾ ਆ ਜਾਂਦਾ ਹੈ। ਸਵੇਰੇ ਉੱਠ ਕੇ ਪਤੀ ਦੇਵ ਨਾਲ ਗੱਲਾਂ ਕਰਦੇ ਵੀ ਰਾਤ ਮੈਨੂੰ ਬਾਪੂ ਜੀ ਮਿਲੇ ਸੀ। ਲੋ ਸਟੋਰੀ ਕੀ ਹੈ, ਬੜਾ ਪਿਆਰਾ ਗੀਤ। ਦਿਆਲਪੁਰੀ ਸਾਹਿਬ ਨੂੰ ਬੇਨਤੀ ਹੈ ਕਿ ਆ ਜਾਣ ਤਿਆਰ ਹੋ ਕੇ, ਉਹ ਵੀ ਆਪਾਂ ਰਲ ਮਿਲ ਕੇ ਦੋਵੇਂ ਭਰਾ ਕਰਦੇ ਹਾਂ ਕੰਮ। ਪਹਿਲਾਂ ਇੱਕ ਸਿਰਫ ਦੁਕਾਨਾਂ ਉਹਨਾਂ ਦੇ ਤਿਆਰ ਹੁੰਦੇ ਆਉਂਦੇ ਆ। ਕੰਘਾ ਸਾਫਾ, ਥੈਂਕ ਯੂ, ਮਿਹਰਬਾਨੀ। ਤੜਕੇ ਤੜਕੇ ਸਿਰ ਖਾਦਾ ਨਾ ਮੂੰਹ ਧੋਤਾ ਨਾ ਚਾਹ ਪੀਤੀ, ਕਿਉਂ ਤੜਕੇ ਤੜਕੇ ਸਿਰ ਖਾਦਾ ਨਾ ਮੂੰਹ ਧੋਤਾ ਨਾ ਚਾਹ ਪੀਤੀ, ਨੀ ਮੈਂ ਭੋਰਾ ਨਾ ਵਿਸ਼ਵਾਸ ਕਰਾਂ ਕੱਲ ਭਗਵਾਨ ਨੇ ਜੋ ਆ ਕੀਤੀ, ਮੈਂ ਭੋਰਾ ਨਾ ਵਿਸ਼ਵਾਸ ਕਰਾਂ ਕੱਲ ਭਗਵਾਨ ਨੇ ਜੋ ਆ ਕੀਤੀ, ਕੀ ਦਰਸ਼ਨ ਕਰੇ ਬਜ਼ੁਰਗਾਂ ਦੇ, ਕੀ ਦਰਸ਼ਨ ਕਰੇ ਬਜ਼ੁਰਗਾਂ ਦੇ, ਹੁੰਦੀ ਨਾ ਖੁਸ਼ੀ ਸੰਭਾਲ ਕੁੜੇ, ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ, ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ।
ਰੇਟ ਮਿਠਾਈਆਂ ਦੇ ਸਭ ਜਾਂਦੇ ਫੱਟੇ ਚੱਕੀ ਨੀ ਵੱਧ ਗਏ ਨੇ ਰੇਟ ਮਿਠਾਈਆਂ ਦੇ ਸਭ ਜਾਂਦੇ ਫੱਟੇ ਚੱਕੀ ਨੀ ਪੰਜ ਸੌ ਚੋਂ ਵੀ ਮੁੜਦੇ ਨਾ ਜੇ ਲਈਏ ਕਿਲੋ ਪੱਕੀ ਨੀ ਪੰਜ ਸੌ ਚੋਂ ਵੀ ਮੁੜਦੇ ਨਾ ਜੇ ਲਈਏ ਕਿਲੋ ਪੱਕੀ ਨੀ ਤੂੰ ਸੇਵਾ ਕਰਕੇ ਕੀ ਲੈਣਾ ਸੇਵਾ ਕਰਕੇ ਕੀ ਲੈਣਾ ਬੁੱਢੜੇ ਨੂੰ ਏਦਾਂ ਹੀ ਟਾਲ ਕੁੜੇ ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ ਮਾਨ ਕਹੇ ਹੈ ਬੱਲੀਏ ਜੁਗ ਮਗਾਈ ਦਾ ਲੱਗ ਲੋਕਾਂ ਪਿੱਛੇ ਕਮਲੀਏ ਨੀ ਐਵੇਂ ਨੀ ਖਰਚ ਵਧਾਈ ਦਾ ਲੱਗ ਲੋਕਾਂ ਪਿੱਛੇ ਪੋੜੀਏ ਨੀ ਐਵੇਂ ਨੀ ਖਰਚ ਵਧਾਈ ਦਾ ਹੈ ਪਿੰਡ ਮੰਡੀ ਕਲਾਂ ਵਾਲਾ ਤਾਂ ਓਏ ਪਿੰਡ ਮੰਡੀ ਕਲਾਂ ਵਾਲਾ ਤਾਂ ਪਹਿਲਾਂ ਹੀ ਜਮਾਂ ਕੰਗਾਲ ਕੁੜੇ ਮਿਲਣਾ ਸੀ ਉਹਨੇ ਬੇਬੇ ਨੂੰ ਮਿਲ ਗਿਆ ਗਲਤੀ ਨਾਲ ਕੁੜੇ ਮਿਲਣਾ ਸੀ ਉਹਨੇ ਬੇਬੇ ਨੂੰ ਤੈਨੂੰ ਮਿਲ ਗਿਆ ਗਲਤੀ ਨਾਲ ਕੁੜੇ ਬਹੁਤ ਹੀ ਪਿਆਰ ਬੜਾ ਹੀ ਮਾਨ ਸਨਮਾਨ ਮੇਰੇ ਛੋਟੇ ਵੱਡੇ ਭਰਾਵਾਂ ਵੱਲੋਂ ਆਇਆ ਜੀ ਬਹੁਤ ਮਿਹਰਬਾਨੀ ਤੇ ਖੂਬਸੂਰਤ ਬੁਲੰਦ ਆਵਾਜ਼ ਮੇਲਿਆਂ ਦੇ ਬਾਦਸ਼ਾਹ ਤੁਹਾਡਾ ਆਪਣਾ ਬਹੁਤ ਪਿਆਰਾ ਵੀਰ ਦਵਿੰਦਰ ਦਿਆਲਪੁਰੀ ਸਾਹਿਬ ਇੱਕ ਵਾਰੀ ਤਾੜੀ ਮਾਰ ਦਿਓ ਤੁਸੀਂ ਨੇਰੀਆਂ ਗੀਤ ਨੂੰ ਇੰਨਾ ਕੁ ਮਾਣ ਦਿੱਤਾ ਹੈ ਕਿ ਜਿੱਥੇ ਦਵਿੰਦਰ ਦਿਆਲਪੁਰੀ ਜਾਂਦਾ ਸੀ ਉੱਥੇ ਨੇਰੀ ਆ ਜਾਂਦੀ ਸੀ
ਅੱਜ ਇੱਕ ਹੋਰ ਰਿਕਾਰਡ ਕਾਇਮ ਹੋ ਗਿਆ ਕਿ ਮੀਂਹ ਵੀ ਆ ਗਿਆ ਨਾਲ ਦੇਰੀ ਤੇ। ਲੈ ਜੀ ਤੁਹਾਡੀ ਜ਼ੋਰ ਮਾਰ ਤਾਲੀ ਤੇ ਦਵਿੰਦਰ ਦਿਆਲਪੁਰੀ ਤੁਹਾਡਾ ਆਪਣਾ ਪਿਆਰਾ ਕਲਾਕਾਰ। ਹਾਂਜੀ ਦਰਬਾਰ ਪੀਰ ਬਾਬਾ ਨੱਥੇ ਸ਼ਾਹ, ਬਾਬਾ ਫਕੀਰ ਸ਼ਾਹ ਤੇ ਵਿਹੜੇ ਵਿੱਚ ਇਕੱਤਰ ਸਾਰੀ ਸੰਗਤ, ਸਾਰਿਆਂ ਨੂੰ ਸਭ ਤੋਂ ਪਹਿਲਾਂ ਅੱਜ ਲਾਈਵ ਚੱਲ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਵੀ ਹੈ, ਬਹੁਤ ਬਹੁਤ ਮੁਬਾਰਕਬਾਦ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ, ਕਿਉਂਕਿ ਮੈਂ ਹੁਣੇ ਚੋਹਲਾ ਸਾਹਿਬ ਤੋਂ ਪ੍ਰੋਗਰਾਮ ਲਾ ਕੇ ਤੁਹਾਡੇ ਚਰਨਾਂ ਵਿੱਚ ਸੇਵਾ ਕਰਨ ਦੀ ਫਿਰ ਦੁਬਾਰਾ ਸਾਰਾ ਪਿੰਡ ਪਿਛਲੇ ਸਾਲ ਵਾਲਾ ਉਦੋਂ ਬੜੀਆਂ ਰੌਣਕਾਂ ਲੱਗੀਆਂ ਸੀ ਇੱਥੇ ਯਾਰ ਕਿ ਜੋ ਕੁਦਰਤ ਨੂੰ ਮਨਜ਼ੂਰ ਹੈ। ਸਾਰਾ ਪਿੰਡ ਹਰਨੇਕ ਭਾਅ ਜੀ ਜਿਹੜੇ ਪ੍ਰਧਾਨ ਸਾਹਿਬ ਸਰਪੰਚ ਸਾਹਿਬ ਇਹ ਹਾਜ਼ਰੀ ਸਾਰੀ ਪੰਜਾਬ ਪੁਲਿਸ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾਤਾ ਵੱਡੇ ਪੰਜਾਬ ਪੁਲਿਸ ਦੇ ਆਫਿਸਰ ਸਰਦਾਰ ਗੁਰਵਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਉਹਨਾਂ ਦੇ ਸੀਨੀਅਰ ਜੂਨੀਅਰ ਜਿੰਨੇ ਵੀ ਕੁਲੀਕ ਹੈ ਸਾਰੇ ਹੀ ਸਾਰਿਆਂ ਨੂੰ ਸਲੂਟ ਹੈ। ਸਾਰਾ ਪਿੰਡ ਪਿੰਡ ਮੋਠਾਂਵਾਲ ਲਾਟੀਆਂ ਸੇਚਾਂ ਅਤੇ ਨਾਲ ਦੀ ਨਾਲ ਡਡਵਿੰਡੀ ਇਹ ਹਾਕਮ ਭਾਅ ਜੀ ਬਾਬੇ ਨਾਨਕ ਦੇ ਵਸਾਏ ਹੋਏ ਪਿੰਡ ਨੇ ਇਹ ਜਿੱਥੇ 13-13 ਤੋਲ ਕੇ ਗਏ ਨੇ। ਮਨੀ ਕਲਾਰ ਸਾਹਿਬ ਪੰਜਾਬ ਔਨਲਾਈਨ ਤੇ ਤੁਸੀਂ ਇਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਚੈਨਲ ਨੂੰ। ਸਾਰੇ ਮਜੀਸ਼ੀਅਨ ਸਾਹਿਬਾਨ ਜਦੋਂ ਉਸਤਾਦ ਜੀ ਹੁਣਾਂ ਦੇਖਿਆ ਤੇ ਉਸਤਾਦ ਜਨਾਬ ਸੁਰਿੰਦਰ ਸ਼ਿੰਦਾ ਸਾਹਿਬ ਦੀ ਯਾਦ ਆ ਗਈ। ਸਾਡੀਆਂ ਭੈਣਾਂ ਮੇਰੀਆਂ, ਕਿਉਂਕਿ ਪਿਛਲੇ ਸਾਲ ਉਹਨਾਂ ਦੇ ਘਰੇ ਅਸੀਂ ਤਿਆਰ ਹੋਏ ਸੀਗੇ ਤੇ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਏ, ਸਮੁੰਦਰ ਨੂੰ ਹਮੇਸ਼ਾ ਨਹਿਰਾਂ ਦਾ ਕਿਨਾਰਾ ਯਾਦ ਰਹਿੰਦਾ ਏ। ਉਹ ਪਲ ਜੋ ਬਿਤਾਏ ਅੱਜ ਮੀਂਹ ਦੇ ਵਿੱਚ ਦਲਵਿੰਦਰ ਦਿਆਲਪੁਰੀ ਨੇ ਤੇ ਹਾਕਮ ਬਖਤੀਵਾਲ ਸਾਹਿਬ ਨੇ, ਮਰਨ ਤੱਕ ਬੰਦੇ ਨੂੰ ਨਜ਼ਾਰਾ ਯਾਦ ਰਹਿੰਦਾ ਏ, ਮਰਨ ਤੱਕ ਬੰਦੇ ਨੂੰ ਨਜ਼ਾਰਾ ਯਾਦ ਰਹਿੰਦਾ ਏ। ਕਿਉਂਕਿ ਇੰਟਰਨੈਸ਼ਨਲ ਲੋਕ ਕਲਾ ਮੰਚ ਦੇ ਪ੍ਰਧਾਨ ਸ਼੍ਰੀ ਹਾਕਮ ਬਖਤੀਵਾਲ ਸਾਹਿਬ ਔਰ ਸਾਡੇ ਸਾਰੇ ਕਲਾਕਾਰਾਂ ਦੇ ਪ੍ਰਧਾਨ ਵੀ ਨੇ ਔਰ ਸਤਿਕਾਰਯੋਗ ਸਾਡੀ ਮਾਵਾਂ ਵਰਗੀ ਵੱਡੀ ਭੈਣ ਦਲਜੀਤ ਕੌਰ ਜੀ, ਇੱਕ ਵਾਰੀ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ। ਮੈਂ ਇੱਕ ਦੋ ਗੀਤ ਗਾ ਕੇ ਸਾਰੀ ਸਮਾਪਤੀ ਇਹਨਾਂ ਨੇ ਕਰਨੀ ਹੈ ਅਤੇ ਲਗਾਤਾਰ ਖਾੜਾ ਲਾਉਣਾ। ਅੱਜ ਕੋਈ ਛਿੰਝ ਨਹੀਂ ਹੈਗੀ, ਕੋਈ ਕਬੱਡੀ ਨਹੀਂ ਹੈਗੀ, ਇਹਨੇ ਤਾਂ ਮੇਲੇ ਵਾਲੇ ਕਹਿੰਦੇ ਪਰ ਢਿੱਲੋ ਸਾਊਂਡ ਸੁਲਤਾਨਪੁਰ ਲੋਧੀ ਤੋਂ ਸਾਰੇ ਹੀ ਮਿੱਤਰ ਪਿਆਰੇ, ਇੱਕ ਵਾਰੀ ਪਿੰਡ ਮੋਠਾਂਵਾਲ ਵਾਸਤੇ ਅਤੇ ਜ਼ੋਰਦਾਰ ਤਾੜੀ ਮਾਰ ਦਿਓ। ਬਾਬਾ ਤੁਲਸੀਦਾਸ ਜੀ ਦੇ ਸਾਰੇ ਉਹ ਪਿੰਡ, ਬਾਬਾ ਚੰਗੀਦਾਸ ਜੀ ਦੇ ਸਾਰੇ ਉਹ ਪਿੰਡ, ਕਿਉਂਕਿ ਇੱਥੇ ਤਲਵੰਡੀ ਮਾਧੋ ਸਾਰੇ ਪਿੰਡਾਂ ਨਾਲ ਰਾਬਤਾ ਵਾਸਤਾ ਹੈ। ਆਓ ਸ਼ੁਰੂਆਤ ਕਰਦੇ ਹਾਂ ਪਹਿਲੇ ਤੋਂ। ਸਾਬੀ ਬਹੁਤ ਵਧੀਆ ਐਂਕਰ, ਸਾਰੇ ਹੀ ਸਨਮਾਨਯੋਗ ਨੇ। ਹਾਲੇ 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 ਹਾਲੇ
ਜੀ ਜੈਕਾਰਾ ਪੀਰ ਬਾਬਾ ਨੱਥੇ ਸ਼ਾਹ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਵੀ ਜਿਹਦਾ ਵਿਆਹ ਉਹਨੇ ਬੁਲਾਏ ਹੋਏ ਨੇ ਸਾਰੇ ਉਹ ਮੀਂਹ ਪੈਂਦੇ ਚ ਪਤਾ ਨਹੀਂ ਕੋਈ ਬੋਰਡ ਤੇ ਬੈਠਾ ਕੋਈ ਕਿੱਥੇ ਬੈਠਾ ਕੋਈ ਸੰਗਤ ਚ ਵਿਰਿਆ ਕੋਈ ਮੀਂਹ ਬਣ ਕੇ ਕਣੀਆਂ ਉਹਨੇ ਆਪਣੀਆਂ ਸਹੇਲੀਆਂ ਬੁਲਾਈਆਂ ਨੇ ਪੀਰ ਬਾਬਾ ਨੱਥੇ ਸ਼ਾਹ ਨੇ ਪੀਰ ਬਾਬਾ ਫਕੀਰੇ ਸ਼ਾਹ ਜੀ ਨੇ ਉਹਨਾਂ ਵਾਸਤੇ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਤੇ ਜਕਾਰਾ ਲਾ ਦਿਓ ਜੈਕਾਰਾ ਪੀਰ ਬਾਬਾ ਫਕੀਰ ਸ਼ਾਹ ਜੀ ਦਾ ਬੋਲੀਏ ਸਾਡੇ ਦਰਬਾਰ ਕੀ ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਦੇਣਾ ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਦੇਣਾ ਅਰੇ ਪਾਓ ਬਖਸ਼ੇ ਹੈ ਤੁਫੀਕੇ ਸਫ਼ਰ ਦੇਣਾ ਗੁੱਤੂ ਗੁੱਤੂ ਨੇ ਸਿਖਾਈ ਹੈ ਤੇ ਮੈਂ ਗੁੰਗਾ ਥਾ ਅਰੇ ਅਪ ਮੈਂ ਬੋਲੂੰਗਾ ਬਾਤੋਂ ਮੈਂ ਅਸਰ ਦੇਣਾ ਅਰੇ ਅਪ ਮੈਂ ਬੋਲੂੰਗਾ ਬਾਤੋਂ ਮੈਂ ਅਸਰ ਦੇਣਾ ਤੇ ਸਭ ਕੁਛ ਮਾਲਕ ਦੀ ਕਿਰਪਾ ਹੈ ਉਸਤਾਦ ਲੋਕਾਂ ਕੋਲ ਮਾਈਕ ਫੜਨਾ ਸਿੱਖਿਆ ਖੜਨਾ ਸਿੱਖਿਆ ਬਹਿਣਾ ਸਿੱਖਿਆ ਗੱਲਬਾਤ ਕਰਨੀ ਆ ਉਹਨੂੰ ਕਹਿੰਦੇ ਵੇ ਓ ਟਾਕਿੰਗ ਕਰਨੀ ਸਿੱਖੀ ਹੈ ਜ਼ਿਆਦਾ ਮੇਰੇ ਤੋਂ ਜ਼ਿਆਦਾ ਪੰਜਾਬ ਪੁਲਿਸ ਦੇ ਸਾਰੇ ਸਤਿਕਾਰ ਜੋ ਜਿਹਨਾਂ ਕਰਕੇ ਅਸੀਂ ਗਰਮੀਆਂ ਦੇ ਵਿੱਚ ਪੱਖੇ ਏਸੀ ਲਾ ਕੇ ਮਾਝੇ ਨਾਲ ਸੌਂਦੇ ਹਾਂ ਗਰਮੀਆਂ ਨੂੰ ਅਤੇ ਸਰਦੀਆਂ ਨੂੰ ਅਸੀਂ ਹੀਟਰ ਲਾ ਕੇ ਰਜਾਈਆਂ ਲੈ ਕੇ ਨਿੱਘੇ ਹੋ ਕੇ ਸੌਂਦੇ ਹਾਂ ਇੱਕ ਵਾਰੀ ਪੂਰੀ ਪੰਜਾਬ ਪੁਲਿਸ ਵਾਸਤੇ ਜ਼ੋਰਦਾਰ ਤਾੜੀ ਮਾਰ ਦਿਓ ਜਦੋਂ ਝਾਂਜਰ ਯਾਰ ਦੀ ਛਿਣਕ ਪਈ ਤੇ ਫਿਰ ਛਣ ਛਣ ਛਿਣ ਛਿਣ ਤੇ ਛੁਣ ਛੁਣ ਕੀ ਦੇਖਿਓ ਨੰਨਾ ਤੇ ਨਾਣੇ ਦਾ ਫਰਕ ਹੈ ਜਦੋਂ ਝਾਂਜਰ ਯਾਰ ਦੀ ਛਣਕ ਪਈ ਤੇ ਫਿਰ ਛਣ ਛਣ ਛਿਣ ਛਿਣ ਤੇ ਛੁਣ ਛੁਣ ਕੀ ਛੁਣ ਕੀ ਜਦੋਂ ਭੁੱਕਲ ਦੇ ਵਿੱਚ ਤਾਂਦ ਤੰਦੂਰਾ ਤੇ ਫਿਰ ਤਣ ਤਣ ਤਿਣ ਤਿਣ ਤੇ ਤੁਣ ਤੁਣ ਕੀ ਵਾਰਸ਼ਾ ਜਦੋਂ ਕਿਸੇ ਤੇ ਬੰਦੇ ਤੇ ਰਹਿਮਤ ਦਾ ਮੀਂਹ ਪੈ ਜਾਵੇ ਤੇ ਫਿਰ ਕਣ ਕਣ ਕਿਣ ਕਿਣ ਤੇ ਕੁੜ ਕੁੜ ਕੀ ਫਿਰ ਕਣ ਕਣ ਕਿਣ ਕਿਣ ਤੇ ਕੁੜ ਕੁੜ ਕੀ ਫਿਰ ਕਣ ਕਣ ਕਿਣ ਕਿਣ ਤੇ ਕੁੜ ਕੁੜ ਕੀ ਕਿਉਂਕਿ ਇਹ ਰਹਿਮਤਾਂ ਦੀ ਗੱਲ ਹੈ ਕਿਸੇ ਤੇ ਤਰੱਕੀਆਂ ਦਾ ਮੀਂਹ ਪੈਂਦਾ ਕਿਸੇ ਤੇ ਪ੍ਰਮੋਸ਼ਨਾਂ ਦਾ ਮੀਂਹ ਪੈਂਦਾ ਤੇ ਕਿਸੇ ਤੇ ਇੰਕਰੀਮੈਂਟਾਂ ਦਾ ਮੀਂਹ ਪੈਂਦਾ ਤੇ ਕਿਸੇ ਤੇ ਇਹ ਪਿਆਰ ਮੁਹੱਬਤ ਦਾ ਮੀਂਹ ਪੈ ਰਿਹਾ ਕਿਉਂਕਿ ਹੋ ਤੇਆ ਦਿਲ ਤੋਂ ਦੂਰ ਚਲੀ ਗਈ ਨਵੇਂ ਸਾਲ ਤੇ ਮੇਰਾ ਗਾਣਾ ਆਇਆ ਸੀ ਵਧਾਈਆਂ 2024 ਪਿਆਰ ਮੁਹੱਬਤ ਦਿਲ ਤੋਂ ਦੂਰ ਚਲਾ ਗਿਆ ਪਰਵਾਨਾ ਸਾਹਿਬ ਦੇ ਅਸੀਂ ਫੈਨ ਹੈ ਜਦੋਂ HMB ਦੇ ਤਵੇ ਸੁਣਦੇ ਸੀਗੇ ਇਹਨਾਂ ਦੀ ਕਿ ਤੇਆ ਦਿਲ ਤੋਂ ਦੂਰ ਚਲੀ ਗਈ ਦੂਜਿਆਂ ਦਾ ਦੁੱਖ ਨਹੀਂ ਸਹਿੰਦੀ ਜਰਾ ਸੰਭਲ ਸੰਭਲ ਕੇ ਜੀ ਅੱਜ ਕੱਲ ਦੁਨੀਆ ਦਾ ਤੇ ਰਹਿੰਦੀ ਜਰਾ ਸੰਭਲ ਸੰਭਲ ਕੇ ਜੀ ਸੰਭਲ ਕੇ ਜੀ ਅੱਜ ਕੱਲ ਦੁਨੀਆ ਦਾ ਤੇ ਰਹਿੰਦੀ
ਅੱਜ ਕੱਲ ਦੁਨੀਆ ਵੀਡੀਓ ਰਿਕਾਰਡਿੰਗ ਕਰਦੀ ਖਾਤਰ ਇਹ ਤਾਂ ਲੋਕੋ ਬੜੇ ਡਰਾਮੇ ਕਰਦੀ ਮਤਲਬ ਲਈ ਇਹ ਖੰਡ ਬਣ ਜਾਂਦੀ ਨਹੀਂ ਤੂੰ ਕਿਸੇ ਦਾ ਦਰਦੀ ਕਹਿੰਦੀ ਦੁਨੀਆ ਹੋਰ ਕੁਝ ਹੈ ਕਹਿੰਦੀ ਦੁਨੀਆ ਹੋਰ ਕੁਝ ਹੈ ਹੋਰ ਕੁਝ ਹੈ ਕਹਿੰਦੀ ਜਰਾ ਸੰਭਲ ਸੰਭਲ ਕੇ ਸੰਭਲ ਕੇ ਜੀ ਅੱਜ ਕੱਲ ਦੁਨੀਆ ਦਾ ਤੇ ਰਹਿੰਦੀ ਜਰਾ ਸੰਭਲ ਸੰਭਲ ਕੇ ਜੀ ਅੱਜ ਕੱਲ ਦੁਨੀਆ ਜਰਾ ਸੰਭਲ ਸੰਭਲ ਕੇ ਮੁੰਡਿਓ ਅੱਜ ਕੱਲ ਦੁਨੀਆ ਵੀਡੀਓ ਰਿਕਾਰਡਿੰਗ ਕਰ ਲੈਂਦੀ ਹਾਕਮ ਉਸਤਾਦ ਜੀ ਅੰਦਰੋਂ ਬਾਹਰੋਂ ਸਰ ਮੱਚ ਜਾਂਦੀ ਕਿਸੇ ਦੀ ਵੇਖ ਤਰੱਕੀ ਚੱਕਾ ਚੁੱਕੀ ਮਾਣਨੇ ਹੁੰਦਾ ਦੇਖਿਆ ਸਭ ਕੁਝ ਅੱਖੀ ਚੱਕਾ ਚੁੱਕੀ ਮਾਣਨੇ ਹੁੰਦਾ ਦੇਖਿਆ ਸਭ ਕੁਝ ਅੱਖੀ ਦੂਜਿਆਂ ਨੂੰ ਏ ਥੱਲੇ ਲਾਉਣ ਲਈ ਦੂਜਿਆਂ ਨੂੰ ਏ ਥੱਲੇ ਲਾਉਣ ਲਈ ਬੜੀ ਹੈ ਟੈਨਸ਼ਨ ਲੈਂਦੀ ਜਰਾ ਸੰਭਲ ਸੰਭਲ ਕੇ ਸੰਭਲ ਸੰਭਲ ਕੇ ਜੀ ਅੱਜ ਕੱਲ ਦੁਨੀਆ ਜਰਾ ਸੰਭਲ ਸੰਭਲ ਕੇ ਜੀ ਅੱਜ ਕੱਲ ਜਰਾ ਸੰਭਲ ਸੰਭਲ ਕੇ ਜੀ ਜਰਾ ਸੰਭਲ ਸੰਭਲ ਕੇ ਜੀ ਦੁਨੀਆ
ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਹੜੀ ਤਾੜੀ ਤੁਸੀਂ ਨਹੀਂ ਮਾਰੀ, ਮੈਂ ਪੰਜਾਬ ਦਾ ਹੀ ਹਾਂ, ਮੈਂ ਤਾਮਿਲਨਾਡੂ ਕੇਰਲਾ ਕਰਨਾਟਕਾ ਤੋਂ ਨਹੀਂ ਆਇਆ। ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਪੰਜਾਬੀ ਬੋਲੀ ਵਾਸਤੇ। ਸੱਚੀ ਮੁੱਚੀ ਭੁੱਲਣਾ ਨਹੀਂ ਉਹਨੇ ਭਾਜੀ, ਭੁੱਲਣਾ ਨਹੀਂ ਉਹਨੇ, ਜਿਹਨੇ ਬੋਲਣਾ ਸਿਖਾ ਲਿਆ। ਪੰਜਾਬੀ ਨੇ ਸਾਨੂੰ ਰੁਜ਼ਗਾਰ ਦਿੰਦੀ ਹੈ ਪੰਜਾਬੀ, ਹਾਂ। ਭੁੱਲਣਾ ਨਹੀਂ ਉਹਨੇ ਜਿਹਨੇ ਬੋਲਣਾ ਸਿਖਾ ਲਿਆ। ਭੈਣ ਜੀ, ਜਿਹੜੀ ਮਾਂ ਨੇ ਮੈਨੂੰ ਲਾਡਾਂ ਚਾਵਾਂ ਨਾਲ ਪਾਲਿਆ, ਕਿਸੇ ਦੀਆਂ ਚਾਲਾਂ ਵਿੱਚ ਫਸਿਓ ਕਦੇ ਨਾ ਮੁੱਠਾਂ ਵਾਲ ਵਾਲਿਓ, ਭਾਵਾਂ ਲੂੰਬੜੀ ਮਿਲੇ ਭਾਵਾਂ ਕਾਂ ਟੱਕਰੇ, ਓਏ ਆਪਾਂ ਤਾਂ ਪੰਜਾਬੀ ਬੋਲੀ ਬੋਲਣੀ, ਭਾਵਾਂ ਮੇਮ ਜਾਂ ਮੇਮ ਦੀ ਮਾਂ ਟੱਕਰੇ, ਅਸਾਂ ਤਾਂ ਪੰਜਾਬੀ ਬੋਲੀ ਬੋਲਣੀ, ਚਾਹੇ ਮੇਮ ਜਾਂ ਮੇਮ ਦੀ ਮਾਂ ਟੱਕਰੇ। ਸਿੱਖੋ ਸਿੱਖੋ ਭਾਵਾਂ ਸਾਰੀਆਂ ਭਾਸ਼ਾਵਾਂ ਲੱਖ ਵਾਰ ਬਈ, ਉੱਥੇ ਬੋਲੋ ਜਿੱਥੇ ਉਹਦਾ ਬਣਦਾ ਆਧਾਰ ਬਈ। ਲੱਖ ਲਾਈਏ ਵਿਹੜੇ ਵਿੱਚ ਰਵੜਾਂ ਦੇ ਬੂਟੇ, ਰਵੜਾਂ ਦੇ ਬੂਟਿਆਂ ਦੀ ਛਾਂ ਨਹੀਂ ਹੁੰਦੀ, ਲੱਖ ਲਾਈਏ ਵਿਹੜੇ ਵਿੱਚ ਰਵੜਾਂ ਦੇ ਬੂਟੇ, ਪਰ ਬੋੜਾਂ ਵਰਗੀ ਨਾ ਠੰਡੀ ਛਾਂ ਟੱਕਰੇ। ਉਹ ਦਿਆਲਪੁਰੀ ਨੇ ਹਮੇਸ਼ਾ ਹੀ ਪੰਜਾਬੀ ਬੋਲੀ ਬੋਲਣੀ, ਭਾਵਾਂ ਮੇਮ ਜਾਂ ਮੇਮ ਦੀ ਟੱਕਰੇ, ਮੇਮ ਜਾਂ ਮੇਮ ਦੀ ਟੱਕਰੇ। ਹੈਲੋ ਮੈਡਮ, ਉਹਦਾ ਰੱਬ ਨੀ ਰੁੱਸਦਾ ਰੱਬ ਦੀ ਸਹੁੰ। ਇਹ ਸ਼ੇਰ ਮੈਂ ਹਾਕਮ ਬਖਤੜੀਆ ਸਾਹਿਬ ਨੂੰ ਟ੍ਰਿਬਿਊਟ ਕਰ ਰਿਹਾ, ਟ੍ਰਿਬਿਊਟ ਆਫ ਮਾਈ ਪੋਇਟ ਆਫ ਮਾਈ। ਉਹਦਾ ਰੱਬ ਨੀ ਰੁੱਸਦਾ ਰੱਬ ਦੀ ਸਹੁੰ, ਤੇ ਜਿਹਨੂੰ ਯਾਰ ਮਨਾਉਣ ਦਾ ਚੱਜ ਹੋਵੇ ਉਹਨੂੰ ਮੱਕੇ ਜਾਣ ਦੀ ਲੋੜ ਕੀ ਏ, ਤੇ ਜਿਹਦੇ ਹਾਕਮ ਬਖਤੜੀ ਦੇ ਦੇਖੀ ਆਈ ਹੱਜ ਹੋਵੇ। ਕਿਉਂਕਿ ਮੈਂ ਘਰ ਵੀ ਜਾ ਕੇ, ਖੁਦ ਖੇਤੀ ਕਰਦੇ ਨੇ, ਮੱਝਾਂ ਰੱਖੀਆਂ ਨੇ, ਬਤਕਾਂ ਰੱਖੀਆਂ ਨੇ, ਬਤਕਾਂ ਰੱਖੀਆਂ, ਮੱਝਾਂ ਰੱਖੀਆਂ, ਮੈਨੂੰ ਬੜੀ ਖੁਸ਼ੀ ਹੋਈ। ਤੇ ਨਹੀਂ ਤੇ ਕਲਾਕਾਰ ਕਾਲੇ ਸ਼ੀਸ਼ੇ ਤੇ ਬਾਉਂਸਰ 50 ਰੱਖ ਕੇ ਨਾਲ, ਜਦੋਂ ਕਲਾਕਾਰ ਨੂੰ ਕੁੱਟ ਪੈਣ ਲੱਗਦੀ ਸਭ ਤੋਂ ਪਹਿਲਾਂ ਉਹ ਦੌੜਦੇ ਆ ਬਾਉਂਸਰ। ਇੱਕ ਸ਼ੇਰ ਗੁਰਵਿੰਦਰ ਭਾਜੀ ਵਾਸਤੇ ਨਾਲ, ਕਿ ਪਿਆਰੇ ਨੇ ਮਸ਼ੂਕਾਂ ਵਾਂਗੂ ਚੱਲਦੇ ਹੈ ਬਦੂਕਾਂ ਵਾਂਗੂ, ਔਖੇ ਵੇਲੇ ਟਕੂਏ ਤੇ ਨੇਜੇ ਹੁੰਦੇ ਨੇ, ਆਜੂਦੇ ਰਹਿਣ ਮੇਰੇ ਯਾਰ, ਯਾਰ ਮੇਰੇ, ਯਾਰ ਮੇਰੇ ਰੱਬ ਵੱਲੋਂ ਭੇਜੇ ਹੁੰਦੇ ਨੇ, ਹੋ ਜਿਉਂਦੇ ਰਹਿਣ ਸਾਰੇ ਪਿੰਡ ਮੋਠਾਂ ਵਾਲ ਵਾਲੇ, ਇਹ ਮੇਰੇ ਮੇਰੇ ਹੀ ਕਲੇਜੇ ਹੁੰਦੇ ਨੇ, ਕਿ ਖਾਣਾ ਪੀਣਾ ਸਾਂਝਾ ਚੁੱਲ੍ਹਾ ਇੱਕ ਮਿੱਤਰੋ। ਦਿਆਲਪੁਰੀ ਬੱਲੇ ਚੱਕ ਦੇ ਕੰਮ ਨੂੰ ਹਾਕਮ ਬਾਜੀ। ਪਰਵਾਨਾ ਸਾਹਿਬ, ਇਸ ਪਿੰਡ ਦੀ ਖਾਸ ਵਿਸ਼ੇਸ਼ਤਾ ਇਹ ਹੈ, ਬਹੁਤ ਵਧੀਆ ਭਾਈਚਾਰਾ, ਇੱਕ ਵਾਰੀ ਬਹੁਤ ਵਧੀਆ ਭਾਜੀ ਦੀ ਬਹੁਤ ਵੱਡੀ ਗੱਲ ਕਿ ਮੇਰਾ ਨਾਂ ਨਹੀਂ ਲੈਣਾ, ਹਰਨੇਕ ਸਿੰਘ ਹੋਣੀ ਸਾਰੀ ਪ੍ਰਬੰਧਕ ਕਮੇਟੀ ਸਰਪੰਚ ਸਾਹਿਬ, ਇੱਕ ਵਾਰੀ ਪਿੰਡ ਵਾਸਤੇ ਤਾੜੀ ਮਾਰ ਦਿਓ। ਪਰਵਾਨਾ ਸਾਹਿਬ ਸਾਬੀ ਅਤੇ ਹਾਕਮ ਭਾਜੀ, ਮਾਤਾ ਜੀ ਕੀ, ਇਹ ਪਿੰਡ ਮੋਠਾਂ ਵਾਲ ਕੋਈ ਵੀ ਬੰਦਾ ਦਾਰੂ ਨਹੀਂ ਪੀਂਦਾ, ਸ਼ਰਾਬ ਨਹੀਂ ਪੀਂਦਾ ਬੰਦਾ ਦੇ, ਮੈਂ ਝੂਠ ਮਾਰਿਆ ਮੈਂ ਭਾਜੀ ਸਰਪੰਚ ਸਾਹਿਬ? ਇਹ ਗੱਲ ਕਨਫਰਮ ਕਰਨੀ ਪੈਣੀ ਹੈ। ਮੈਂ ਨਾ ਗਾਣਾ ਗਾਉਣ ਲੱਗਾ ਸੀ ਕਿ ਲੋਕੀ ਨੋਟ ਨੇ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ, ਅਸੀਂ ਯਾਰੀਆਂ ਕਮਾਈਆਂ, ਲੋਕੀ ਨੋਟ ਕਮਾਉਂਦੇ ਅਸੀਂ ਯਾਰੀਆਂ ਕਮਾਈਆਂ, ਕੀ ਹੈ ਪੈਗ ਪੀ ਕੇ ਮੌਜ ਮਨਾਉਂਦੇ ਆ ਤੇ ਕਈ ਬੋਤਲ ਮੂੰਹ ਨੂੰ ਲਾਉਂਦੇ ਆ,
ਕਈ ਸਾਹਾਂ ਵਿੱਚ ਵਸਾ ਇਸ ਨੂੰ ਜਾਂਦੇ ਘਰ ਬਾਰ ਉਜਾੜੀਆ ਦਾਰੂ ਮਾੜੀ ਨਹੀਂ ਮਿੱਤਰੋ ਬਿਨ ਮੋਠਾਂ ਵਾਲੇ ਵਾਲਿਆਂ ਦੀ ਪੀਣੀ ਚੰਗੀ ਆ ਆ ਸੁਣਿਓ ਕਈ ਗੁੜ ਘੜੇ ਵਿੱਚ ਪਾ ਲੈਂਦੇ ਘਰ ਵਿੱਚ ਡਿਸਟਿਲ ਵੀ ਲਾ ਲੈਂਦੇ ਵਿੱਚ ਸੌਂਫ ਜਵੈਣ ਨਸ਼ਾਦਰ ਜੀਰਾ ਪਾ ਕਿੱਕਰ ਦਾ ਸੱਕਰ ਲਾ ਲੈਂਦੇ ਫਿਰ ਪਹਿਲੇ ਤੋੜ ਦੀ ਕੱਢਣ ਨੂੰ ਰੱਖ ਅੱਗ ਤੇ ਜਾਂਦੇ ਕਾੜੀ ਦਾਰੂ ਮਾੜੀ ਨਹੀਂ ਮਿੱਤਰੋ ਦਿਆਲਪੁਰੀ ਦੀ ਪੀਣੀ ਉਹ ਚੰਗੀ ਆ ਮੈਂ ਥੋੜਾ ਮਜੀਸ਼ਨ ਮੂਡ ਬਣਾਉਣ ਦਿਆਂ ਮੈਂ ਗੱਲ ਬਣੇ ਕੀ ਹੈ ਕਿ ਖਾਣਾ ਪੀਣਾ ਸਾਂਝਾ ਚੁੱਲ੍ਹਾ ਇੱਕ ਮਿੱਤਰ ਕੀਦੀ ਹੈ ਮਜਾਲ ਬਾਜ ਇੱਕ ਮਿੱਤਰ ਖਾਣਾ ਪੀਣਾ ਸਾਂਝਾ ਚੁੱਲ੍ਹਾ ਇੱਕ ਮਿੱਤਰ ਕੀਦੀ ਹੈ ਮਜਾਲ ਬਾਜ ਇੱਕ ਮਿੱਤਰ ਸਭ ਸਾਡ ਪੂਰੇ ਕਰ ਚਾਦ ਤੇ ਰੱਬ ਨੇ ਯਾਰ ਸਾਨੂੰ ਯਾਰ ਨੀ ਭਰਾ ਦਿੱਤੇ 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 ਰੱਬ ਨੇ ਕੋਲ ਕੋਠੀਆਂ ਰੱਖਦੇ ਨਾ ਢਿੱਡਾਂ ਵਿੱਚ ਨੀਤਾ ਯਾਰ ਖੋਟੀਆਂ ਕਈਆਂ ਕੋਲ ਕੋਠੀਆਂ ਤੇ ਕਈਆਂ ਕੋਲ ਕੋਠੀਆਂ ਰੱਖਦੇ ਨਾ ਢਿੱਡਾਂ ਵਿੱਚ ਨੀਤਾ ਯਾਰ ਖੋਟੀਆਂ ਸਭ ਸਾਨੂੰ ਦਿਨ ਦਿਨ ਸ਼ਾਦ ਤੇ ਰੱਬ ਨੇ ਸਾਰੇ ਪੰਜਾਬ ਦੇ ਕਲਾਕਾਰਾਂ ਨੂੰ ਮਿਲਾ ਦਿੱਤੇ ਰੱਬ ਨੇ ਮਿਲਾ ਮਲਾ ਮੰਮਾ ਲੱਲੇ ਨੂੰ ਕੰਨਾਂ ਤੇ ਹਾਹਾ ਮਲਾ ਨਹੀਂ ਮਲਾ ਦਿੱਤੇ ਰੱਬ ਨੇ ਇੱਕ ਛੋਟੀ ਜਿਹੀ ਹਾਜ਼ਰੀ ਹੋਰ ਨਾਲ ਲਾ ਸਭ ਸਾਨੂੰ ਦਿਲ ਦੇ ਨਿਸ਼ਾਨ ਦਿੱਤੇ ਰੱਬ ਨੇ ਯਾਰ ਸਾਨੂੰ ਯਾਰ ਨਹੀਂ ਭਰਾ 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 ਦਿੱਤੇ ਰੱਬ ਨੇ ਸਾਡੇ ਪੰਜਾਬ ਪੁਲਿਸ ਜਿੰਦਾਬਾਦ ਇਹ ਸਾਰੇ ਮੇਰੇ ਨਾਕੇ ਵਾਲੇ ਯਾਰ ਆ ਮੇਰਾ ਫੈਨ ਜਿੰਦਾ ਹੰਸਲ ਸਾਰੀ ਮੇਰੀ ਫੈਨ ਬਿਲਡ ਪੁੱਟੋ ਭਾਜੀ ਪੁੱਟੋ ਕੱਲ ਇੱਕ ਕਲਾਕਾਰ ਦਾ ਪਰਸੋਂ ਸੰਸਕਾਰ ਹੋਇਆ ਲੁਧਿਆਣੇ ਦਾ ਉਹਦੀ ਗੱਲ ਕਰ ਰਿਹਾ ਜੇ ਜੱਟੀਏ ਤੇ ਪੈਦਲ ਜਾਣਾ ਪੈਦਲ ਜਾਏਗੀ ਥੱਕਣੀ ਚੁੱਪ ਕਰਕੇ ਬਹਿ ਜਾ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚਤਰ ਸਿੰਘ ਪਰਵਾਨਾ ਸਾਹਿਬ ਉਹ ਵੀ ਪਰਵਾਨਾ ਉਹਦਾ ਜ਼ਿਕਰ ਕਰਨਾ ਸੀ ਤੁਸੀਂ ਅੱਜ ਮੈਂ ਲਾਈਵ ਦੇਖ ਰਿਹਾ ਸੀ
ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਬਹਿ ਜਾ, ਮਿੱਤਰਾਂ ਦਾ ਚੱਲਿਆ ਟਰੱਕ ਨਹੀਂ ਚੁੱਪ ਕਰਕੇ ਬਹਿ ਜਾ। ਲਾਸਟ ਹਾਜ਼ਰੀ, ਇਹ ਦੂਜੇ ਤੋਂ ਪੈਰ ਵੀ ਰੱਖਿਓ ਸਭ, ਤੁਹਾਡੀ ਕਿਰਪਾ ਜੀ, ਬਲੈਸਿੰਗ ਹੈ ਤੁਹਾਡੀ। ਕੋਰੋਨਾ ਦੇ ਵਿੱਚ ਬੜੇ ਅਸੀਂ ਇੱਕ ਦੂਜੇ ਨਾਲ ਸਾਥ, ਕਿ ਬਦਾਮ ਖਾਧਿਆਂ ਜੇ ਕਿਸੇ ਨੂੰ ਅਕਲ ਆਉਂਦੀ, ਇੱਥੇ ਹਰ ਕੋਈ ਅਕਲਮੰਦ ਹੁੰਦਾ, ਉਹ ਸੁਰਖੀ ਪਾਊਡਰ ਲਾ ਕੇ ਜੇ ਰੂਪ ਨਿਖਰ ਜਾਂਦਾ, ਜੇ ਰੂਪ ਨਿਖਰ ਜਾਂਦਾ, ਇੱਥੇ ਜੜਾ ਖੜਾ ਚੌਧਵੀ ਦਾ ਹੁੰਦਾ, ਪਰ ਦਿਆਲਪੁਰੀ ਮੰਜਲਾ ਉਹੀ ਪਾਉਂਦੇ ਨੇ, ਉਹੀ ਪਾਉਂਦੇ ਨੇ ਜਿਹਨਾਂ ਦਾ 24 ਘੰਟੇ ਹੌਸਲਾ ਹੁੰਦਾ। ਗੁਰਵਿੰਦਰ ਭਾਈ ਦੀ ਅਗਲੀ ਪ੍ਰਮੋਸ਼ਨ DSP ਸਾਹਿਬ ਦੀ ਹੋਵੇ, ਜ਼ੋਰਦਾਰ ਤਾੜੀਆਂ ਮਾਰੇ ਪੂਰੀ। ਪਿਆਰ ਦੇ ਸੌਦੇ ਨੇ ਸਾਰੇ, ਕਿਉਂ ਸਾਬੀ? ਕਿ ਰਹੀ ਮਨਾਂ ਦੇ ਵਿੱਚ ਜੇ ਮੈਲ ਲੱਗੀ ਤੇ ਗੰਗਾ ਪੱਤਣੀ ਨਹਾਉਣਦਾ, ਉਹ ਛੇਕ ਸੀਨੇ ਦੇ ਵਿੱਚ ਨਾ ਪਾਉਣ ਜਿਹੜੇ ਤੇ ਉਹਨਾਂ ਗੀਤਾਂ ਨੂੰ ਗਾਉਣ ਦਾ ਕੀ ਫਾਇਦਾ। ਸੁਰਮਾ ਪਾ ਕੇ ਅੱਖਾਂ ਕਾਲੀਆਂ ਕਰਨੀਆਂ, ਕਾਹਨੂੰ ਕਰਨੀਆਂ ਸੀ ਫਿਰ ਚਾਰ ਅੱਖਾਂ, ਹੋ ਦੇਵੀ ਜਿੰਦਨਾ ਮੋਠਾਂ ਵਾਲ ਤੋਤੀ ਮਨਿਆਲਾ ਲਾਟੀਆਂ ਦੇ ਨਾਂ ਕੀਤੀ, ਕਮਾਲਪੁਰ ਵਾਲਿਆਂ ਦੇ ਨਾਂ ਕੀਤੀ, ਤਾਂ ਫਿਰ ਯਾਰੀਆਂ ਹੀ ਲਾਉਣਦਾ ਕੀ ਫਾਇਦਾ, ਤਾਂ ਫਿਰ ਯਾਰੀਆਂ ਹੀ ਲਾਉਣਦਾ ਕੀ ਫਾਇਦਾ। ਹੋ ਮਿਰਜੇ ਦੇ ਵਾਂਗੂ ਮੈਂ ਨੀ ਸੌਣਾ ਜੰਡ ਥੱਲੇ, ਜੱਗੇ ਜੱਟ ਵਾਂਗੂ ਨੀ ਕਰਾਉਣੀ ਬੱਲੇ ਬੱਲੇ, ਮਿਰਜੇ ਦੇ ਵਾਂਗੂ ਮੈਂ ਨੀ ਸੌਣਾ ਜੰਡ ਥੱਲੇ, ਜੱਗੇ ਜੱਟ ਵਾਂਗੂ ਨੀ ਕਰਾਉਣੀ ਬੱਲੇ ਬੱਲੇ, ਮੇਰੇ ਨਾਲ ਜੇ ਕਰੇਂਗੀ ਹੇਰਾ ਫੇਰੀਆਂ, ਨਾਲ ਜੇ ਕਰੇਂਗੀ ਹੇਰਾ ਫੇਰੀਆਂ, ਮੈਂ ਲਾਉਣੀਆਂ ਵੀ ਤੇਰੀਆਂ, ਨੇਰੀਆਂ ਲਿਆ ਤੂੰ ਬਿੱਲੋ ਨੇਰੀਆਂ, ਬਾਬਾ ਫਕੀਰ ਸ਼ਾਹ ਜੀ, ਬਾਬਾ ਨੱਥੇ ਸ਼ਾਹ ਜੀ ਦੇ ਨਾਂ ਤੇ ਬਹੁਤ ਸਾਰਾ ਆਸ਼ੀਰਵਾਦ। ਆਜਾ ਆਹ ਬੈਠੋ ਬੈਠੋ ਬਹਿ ਜਾਓ, ਉਂਗਲਾਂ ਤੇ ਨਾਚ ਤੂੰ ਨਚਾਉਣਾ ਛੱਡ ਦੇ, ਲਾਰੀਆਂ ਦੇ ਨਾਲ ਤੜਫੋਣਾ ਛੱਡ ਦੇ, ਉਂਗਲਾਂ ਤੇ ਨਾਚ ਤੂੰ ਨਚਾਉਣਾ ਛੱਡ ਦੇ, ਲਾਰੀਆਂ ਦੇ ਨਾਲ ਤੜਫੋਣਾ ਛੱਡ ਦੇ, ਨਹੀਂ ਚੱਲੜੀਆਂ ਮਿੱਠੀਆਂ ਜਨੇਰੀਆਂ ਤੂੰ
ਬਹੁਤ ਸਾਰੇ ਸੀਰੀਅਲ, ਜੀ ਪੰਜਾਬੀ ਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ। ਹਾਕਮ ਬਖਤਰੀ ਵਾਲਾ ਸਾਹਿਬ ਦੀ ਬੇਟੀ, ਸਾਡੀ ਬੇਟੀ ਜਿਹੜਾ ਨਾਮ ਹੈ ਰਮਨੀਤ ਚੌਧਰੀ, ਰਮਨੀਤੂ ਚੌਧਰੀ ਆਇਆ ਆਇਆ ਜੀ। 20 ਰੁਪਈਏ 100 ਹੋਰ ਲੈ ਕੇ 120 ਦਾ ਜਾਣਾ ਪਾਈਆ। ਕਿਹੜਾ 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 ਉੱਚਾ ਨੀਵਾਂ ਬੋਲਦਾ ਜਪਾਨ ਤੋਂ ਹੋਕੀ ਦਾਨ ਪਾਣੀ ਮੁੱਕਿਆ ਜਹਾਨ ਤੋਂ ਭਾਜੀ ਦੀ ਫਰਮਾਇਸ਼। ਮੈਂ ਉਹੀ, ਅੱਜ ਮੌਸਮ ਵੀ ਉਦਾਂ ਦਾ, ਜਿਹੜੇ ਸੁਰ ਕਲਾਮ ਨੂੰ ਸਮਝਦੇ ਉਹਨਾਂ ਨੂੰ ਪਤਾ ਕਿ ਅੱਜ ਪਹਾੜੀ ਸਾਡੇ ਹੁਸ਼ਿਆਰਪੁਰ ਸ਼ਿਵਾਲਿਕ ਦੀਆਂ ਪਹਾੜੀਆਂ ਨੇ। ਪਹਿਲੇ ਤੋਂ ਉਸਤਾਦ ਜੀ ਪਰਵਾਨਾ ਜੀ, ਥੋੜੀ ਕਮੇਡੀ ਵੀ ਸੁਣਾਇਓ। ਇਸ ਤੋਂ ਬਾਅਦ ਮੈਂ ਸਥਾਈ ਅੰਤਰ, ਉਸ ਤੋਂ ਬਾਅਦ ਤੁਸੀਂ ਕਿਉਂਕਿ ਆ ਹਾਕਮ ਭਾਜੀ ਆ ਸਾਰੇ ਪੱਠੇ ਪੁੱਠੇ ਪਾ ਕੇ ਆ ਗਏ, ਧਾਰਾਂ ਕੱਢਣੀਆਂ ਨੇ 7-8 ਵਜੇ ਜਾ ਕੇ ਘਰ। ਹਾਂਜੀ ਹਾਂਜੀ ਭਾਜੀ, ਪੁਲਿਸ ਡਿਪਾਰਟਮੈਂਟ ਦੀ ਫਰਮਾਇਸ਼। ਇੱਕ ਸੋਹਣੀ ਤੇ ਮਟਿਆਰ ਕੁੜੀ ਕਰ ਗਈ ਨੈਣਾ ਦਾ ਵਾਰ ਕੁੜੀ। ਉਸਤਾਦ ਜੀ ਇੱਕ ਸੋਹਣੀ ਤੇ ਮਟਿਆਰ ਕੁੜੀ ਯਾਰ ਕੁੜੀ ਕਰ ਗਈ ਨੈਣਾ ਦਾ ਵਾਰ ਕੁੜੀ ਕੁੜੀ ਕਾਲੀ ਦੇ ਨਾਲ ਨੰਬਰ ਫੜਾ ਗਈ ਫੜਾ ਗਈ ਫੜਾ ਗਈ ਛੇਤੀ 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 ਨੰਬਰ ਫੜਾ ਗਈ। ਉਹ ਵੇਖ ਕੇ ਸੱਜੇ ਖੱਬੇ ਹੁਣ 98-190 ਨਾ ਲੱਗੇ ਤੇ ਨਾ ਲੱਭੇ 98-190 ਨਾ ਲੱਗੇ ਤੇ ਨਾ ਲੱਭੇ ਹੋ ਸੈਮੀ ਲੱਗਦੀ ਸੀ ਮੈਨੂੰ ਵਹਿਮੀ ਵਹਿਮੀ ਲੱਗਦੀ ਸੀ ਸੈਮੀ ਸੈਮੀ ਲੱਗਦੀ ਸੀ ਮੈਨੂੰ ਵਹਿਮੀ ਵਹਿਮੀ ਲੱਗਦੀ ਸੀ ਮੈਨੂੰ ਵਹਿਮੀ ਵਹਿਮੀ ਲੱਗਦੀ ਸੀ ਮੈਨੂੰ ਵਹਿਮੀ ਵਹਿਮੀ ਲੱਗਦੀ ਸੀ ਚਾਰ ਕੇ ਅੱਖਰ ਸਹੀ ਉਹ ਲਿਖ ਗਈ
ਤਨਵੇ 190 ਨਾਨਕੇ ਤੇ ਨਾ ਲੱਭੇ ਤਨਵੇ 190 ਨਾਨਕੇ ਤੇ ਨਾ ਲੱਭੇ ਤਨਵੇ 190 ਨਾਨਕੇ ਤੇ ਨਾ ਲੱਭੇ ਹੋ ਹੋ ਚੱਕ ਚਾਹ ਨਾਂਡਾ ਤਾੜੀ ਤੇ ਮਾਰਿਓ ਇੰਨੀ ਹਾਜ਼ਰੀ ਕਬੂਲ ਕਰੋ ਕਿਉਂਕਿ ਉਸਤਾਦਾਂ ਦੇ ਸਾਹਮਣੇ ਅਸੀਂ ਗਾਉਂਦੇ ਚੰਗੇ ਨਹੀਂ ਲੱਗਦੇ ਕਿਉਂਕਿ ਇਹ ਸਿਰਫ ਗੁਰਵਿੰਦਰ ਭਾਅ ਜੀ ਦਾ ਅਤੇ ਹਰਨੇਕ ਭਾਅ ਜੀ ਹੋਣਾ ਦਾ ਹੁਕਮ ਹੈ ਮਾਈਕ ਓਵਰ ਟੂ ਸਮੁੱਚੇ ਇਲਾਕਾ ਨਿਵਾਸੀ ਸਾਧ ਸੰਗਤ ਦਾ ਅਤੇ ਮੇਲਾ ਪ੍ਰਬੰਧਕ ਕਮੇਟੀ ਬਹੁਤ ਹੀ ਮਾਣ ਨਾਲ ਧੰਨਵਾਦ ਕਰਦੇ ਹਾਂ ਜੀ ਬੜਾ ਮਾਣ ਸਨਮਾਨ ਸਮੁੱਚੇ ਪ੍ਰਬੰਧਕਾਂ ਦਾ ਹੋਇਆ ਸੇਵਾਦਾਰਾਂ ਦਾ ਹੋਇਆ ਹੋਰ ਮਹਾਨ ਸ਼ਖਸੀਅਤਾਂ ਦਾ ਹੋਇਆ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਆਪਣੇ ਭੈਣ ਜੀ ਉਹਨਾਂ ਵੱਲੋਂ ਸਾਡੇ ਬੇਟਾ ਰਾਜਨਪ੍ਰੀਤ UK ਤੋਂ ਉਹਨਾਂ ਦੇ ਪਰਿਵਾਰ ਦਾ ਨਿੱਜੀ ਤੌਰ 'ਤੇ ਧੰਨਵਾਦ ਕਰਦਾ ਫਿਰ ਹੁਕਮ ਕਰਤਾ ਹੈ ਗੁਰਵਿੰਦਰ ਵੀਰ ਜੀ ਉਹਨਾਂ ਨੇ ਵੀ ਇੱਕ ਦੋ ਦੁਗਾਣੇ ਆਪ ਜੀ ਦੀ ਸੇਵਾ 'ਚ ਕਹਿਣ ਦੀ ਜ਼ਰੂਰਤ ਕਰਨ ਲੱਗਾ ਹੈ ਉਮੀਦ ਹੈ ਮਾਣ ਰੱਖੋਗੇ ਬੜਾ ਹੀ ਪਿਆਰਾ ਗੀਤ ਸਹੁੰ ਖਾ ਕੇ ਦੱਸ ਮਿੱਤਰ ਆਵੇ ਤੈਨੂੰ ਕਿੰਨਾ ਕੁ ਪਿਆਰ ਮੇਰਾ ਆਉਂਦਾ ਦਲਵਿੰਦਰ ਦਿਆਲਪੁਰੀ ਪੰਜਾਬ ਦਾ ਹੀਰਾ ਗਾਇਕ ਹੀ ਨਹੀਂ ਗਾਇਕ ਅਤੇ ਲਾਇਕ ਹੋਣਾ ਬਹੁਤ ਮੁਸ਼ਕਲ ਹੈ ਇਸ ਲਾਈਨ ਦੇ ਵਿੱਚ ਮੈਂ ਅੱਧੀ ਸਦੀ ਤੋਂ ਤਾਂ ਗੁਰਵਿੰਦਰ ਵੀਰ ਜੀ ਸਟੇਜਾਂ ਹੀ ਕਰ ਰਿਹਾ ਮੇਰੇ ਕਹਿਣ ਤੋਂ ਭਾਵ ਹੈ ਇੱਕ ਪੂਰੀ ਸਦੀ ਦਾ ਫਲਸਫਾ ਮੈਂ ਜਾਣਦਾ ਲੋਕ ਗਾਇਕੀ ਦਾ ਵੀ ਗਾਇਕ ਹੋਣਾ ਵਧੀਆ ਗਾਇਕ ਹੋਣਾ ਅਤੇ ਫਿਰ ਲਾਇਕ ਹੋਣਾ ਇਹ ਬਹੁਤ ਮੁਸ਼ਕਲ ਹੈ ਸਾਡੀ ਲਾਈਨ ਦੇ ਵਿੱਚ ਪਰ ਮੈਂ ਮਾਣ ਨਾਲ ਕਹਿ ਸਕਦਾ ਕਿ ਸਾਡੇ ਅਜ਼ੀਜ਼ ਨਿੱਕੇ ਵੀਰ ਛੋਟਾ ਭਰਾ ਹੈ ਬੜੀ ਬੁਲੰਦ ਆਵਾਜ਼ ਦਾ ਮਾਲਕ ਹੈ ਸਾਡੇ ਲੋਕ ਗਾਇਕਲਾ ਮੰਚ ਦੁਆਬੇ ਦਾ ਇੰਚਾਰਜ ਹੈ ਉਹ ਬਹੁਤ ਪਿਆਰਾ ਇਨਸਾਨ ਅਤੇ ਲਾਇਕ ਮੁੰਡਾ ਹੈ ਜਿੰਨਾ ਵਧੀਆ ਗਾਇਕ ਹੈ ਓਨਾ ਹੀ ਲਾਇਕ ਹੈ ਅਤੇ ਓਨਾ ਹੀ ਸਿਆਣਾ ਸੂਝਵਾਨ ਅਤੇ ਮਿੱਠੀ ਜ਼ੁਬਾਨ ਵਾਲਾ ਬਹੁਤ ਹੀ ਮਾਣ ਬੜਾ ਆਦਰ ਉਹਨਾਂ ਨੇ ਭੇਜਿਆ ਮੈਂ ਨਿੱਜੀ ਤੌਰ 'ਤੇ ਨਿੱਕੇ ਵੀਰ ਦਾ ਧੰਨਵਾਦ ਕਰਦਾ ਹਾਂ ਖੂਬਸੂਰਤ ਗੀਤ ਆਪ ਜੀ ਦੀ ਸੇਵਾ 'ਚ ਸਹੁੰ ਖਾ ਕੇ ਦੱਸ ਮਿੱਤਰ ਆਵੇ ਤੈਨੂੰ ਕਿੰਨਾ ਕੁ ਪਿਆਰ ਮੇਰਾ ਆਉਂਦਾ ਯਾਰਾਂ ਦੀਆਂ ਮਹਿਫਲਾਂ 'ਚ ਬੈਠ ਕੇ ਰਕਾਨੇ ਤੈਨੂੰ ਯਾਰਾਂ ਦੀਆਂ ਮਹਿਫਲਾਂ 'ਚ ਬੈਠ ਕੇ ਰਕਾਨੇ ਤੈਨੂੰ ਦਿਨੇ ਰਾਤ ਥੱਕਾ ਨਾ ਸਲਾਉਂਦਾ ਸਤਿ
ਹਵਾ ਚੱਕ ਜਿੰਦ ਯਾਰ ਦੀ ਭਾਵੇਂ ਬੈਂਕ ਵਿੱਚ ਐਫ ਡੀ ਕਰਾ ਲੈਣੀ ਆ ਚੱਕ ਜਿੰਦ ਯਾਰ ਦੀ ਭਾਵੇਂ ਬੈਂਕ ਵਿੱਚ ਐਫ ਡੀ ਕਰਾ ਲੈਣੀ ਆ ਚੱਕ ਜਿੰਦ ਯਾਰ ਦੀ ਯਾਰਾਂ ਦੀਆਂ ਮਹਿਫਲਾਂ 'ਚ ਬੈਠ ਕੇ ਰਖਾਨੇ ਤੈਨੂੰ ਯਾਰਾਂ ਦੀਆਂ ਮਹਿਫਲਾਂ 'ਚ ਬੈਠ ਕੇ ਰਖਾਨੇ ਤੈਨੂੰ ਜਿਹਨੇ ਰਾਤ ਥੱਕਾ ਨਾ ਸਲਾਉਂਦਾ ਆ ਚੱਕ ਜਿੰਦ ਯਾਰ ਦੀ ਭਾਵੇਂ ਬੈਂਕ ਵਿੱਚ ਐਫ ਡੀ ਕਰਾ ਲੈਣੀ ਆ ਚੱਕ ਜਿੰਦ ਯਾਰ ਦੀ ਭਾਵੇਂ ਬੈਂਕ ਵਿੱਚ ਐਫ ਡੀ ਕਰਾ ਲੈਣੀ ਆ ਚੱਕ ਜਿੰਦ ਯਾਰ ਦੀ ਤੇਰੇ ਉੱਤੋਂ ਜਾਨ ਕੁਰਬਾਨ ਮੈਂ ਰਖਾਨੇ ਤੈਨੂੰ ਤੇਰੇ ਉੱਤੋਂ ਜਾਨ ਕੁਰਬਾਨ ਮੈਂ ਰਖਾਨੇ ਤੈਨੂੰ ਵੇਖ ਕੇ ਨਾ ਫੁੱਲਿਆ ਸਮਾਉਂਦਾ ਖੁਸ਼ ਹੋ ਜੇ ਜਦੋਂ ਤੱਕ ਲੈਣ ਬਿੱਲੋ ਤੇਰਾ ਸੱਜਰੀ ਸਵੇਰ ਜਿਹਾ ਮੁੱਖ ਨੀ ਰੂਹ ਖੁਸ਼ ਹੋ ਜੇ ਜਦੋਂ ਤੱਕ ਲੈਣ ਬਿੱਲੋ ਤੇਰਾ ਸੱਜਰੀ ਸਵੇਰ ਜਿਹਾ ਮੁੱਖ ਨੀ ਟੁਕਰਾ ਫੁੱਲਾਂ ਦਾ ਤੇਰੇ ਬੁੱਲਾਂ ਵਿੱਚੋਂ ਕਿਰ ਜਾਂਦਾ ਹੱਸਦੀ ਜਦੋਂ ਤੂੰ ਫੁੱਟ ਫੁੱਟਨੀ ਟੋਕਰਾ ਫੁੱਲਾਂ ਦਾ ਤੇਰੇ ਬੁੱਲਾਂ ਵਿੱਚੋਂ ਕਿਰ ਜਾਂਦਾ ਹੱਸਦੀ ਜਦੋਂ ਤੂੰ ਫੁੱਟ ਫੁੱਟਨੀ ਆ ਚੱਕ ਜਿੰਦ ਯਾਰ ਦੀ ਭਾਵੇਂ ਬੈਂਕ ਵਿੱਚ ਐਫ ਡੀ ਕਰਾ ਲੈਣੀ ਆ ਚੱਕ ਜਿੰਦ ਯਾਰ ਦੀ ਭਾਵੇਂ ਬੈਂਕ ਵਿੱਚ ਐਫ ਡੀ ਕਰਾ ਲੈਣੀ ਆ ਚੱਕ ਜਿੰਦ ਯਾਰ ਦੀ ਵੇ
ਮੂਰਤਾਂ ਦੇ ਵਾਂਗੂ ਪੂਜਾ ਕਰਦਾ ਮੈਂ ਤੇਰੀ ਤੈਨੂੰ, ਮੂਰਤਾਂ ਦੇ ਵਾਂਗੂ ਪੂਜਾ ਕਰਦਾ ਮੈਂ ਤੇਰੀ ਤੈਨੂੰ, ਰੱਬ ਵਾਂਗੂ ਵੈਰ ਨਹੀਂ ਤੇ ਆਉਂਦਾ। ਵਸਦੀ ਰਹੇ ਤੂੰ ਸਾਡੇ ਪਿੰਡ ਦੀ ਰੌਣਕੇ ਨੀ, ਮੰਗੇ ਅਜਮੇਰ ਤੇਰੀ ਖੈਰ ਨੀ। ਵਸਦੀ ਰਹੇ ਤੂੰ ਸਾਡੇ ਪਿੰਡ ਦੀ ਰੌਣਕੇ ਨੀ, ਮੰਗੇ ਅਜਮੇਰ ਤੇਰੀ ਖੈਰ ਨੀ। ਲੱਗਦੇ ਨੇ ਮੋਠਾਂ ਵਾਲੇ ਗਲੀਆਂ ਨੂੰ ਭਾਗ, ਜਿੱਥੋਂ ਲੰਘ ਜੇ ਰਕਾਨੇ ਤਰ ਪੈਰ ਨੀ। ਲੱਗਣ ਘਰਾਚੋਂ ਦੀਆਂ ਗਲੀਆਂ ਨੂੰ ਭਾਗ, ਜਿੱਥੋਂ ਲੰਘ ਜੇ ਰਕਾਨੇ ਤਰ ਪੈਰ ਨੀ। ਆ ਚੱਕ ਜਿੰਦ ਯਾਰ ਦੀ ਭਾਵੇਂ ਬੈਂਕ ਵਿੱਚ ਐਫਡੀ ਕਰਾ ਲੈ। ਚੱਕ ਜਿੰਦ ਯਾਰ ਦੀ ਭਾਵੇਂ ਬੈਂਕ ਵਿੱਚ ਐਫਡੀ ਕਰਾ ਲੈ। ਬੇਅੰਤ ਮਾਇਆ ਮਾਣ, ਹੁਣ ਮੈਂ ਕਿਹਦਾ ਕਿਹਦਾ, ਸਰਪੰਚ ਸਾਹਿਬ ਜਿਉਂਦੇ ਰਹੋ। ਕਹਿੰਦੇ ਨੇ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆ ਜਾਂਦੀਆਂ। ਨਗਰ ਦੇ ਮੁਖੀ ਦਾ ਨਾਂ ਲੈ ਦਈਏ ਤਾਂ ਸਾਰਾ ਨਗਰ ਦਾ ਮਾਨ ਸਨਮਾਨ ਹੋ ਜਾਂਦਾ। ਸਰਦਾਰ ਗੁਰਵਿੰਦਰ ਸਿੰਘ ਜੀ, ਸਰਦਾਰ ਮਨਜੀਤ ਸਿੰਘ ਜੀ, ਸਰਦਾਰ ਹਰਨੇਕ ਸਿੰਘ ਜੀ, ਦਲਵਿੰਦਰ ਦਿਆਲ ਬੋਲ ਦਿਓ। ਬਾਬਾ ਗੁਰਦੇਵ ਸਿੰਘ ਜੀ ਜੋ ਇੱਥੇ ਸੇਵਾਦਾਰ ਨੇ ਮੁੱਖ, ਉਹਨਾਂ ਬਾਰੇ ਬਹੁਤ ਸਾਰਾ ਮਾਣ ਆਇਆ। ਸੋ ਬੇਨਤੀ ਇਹ ਹੈ ਕਿ ਟਾਈਮ ਵੀ ਕਾਫੀ ਹੋ ਗਿਆ, ਇਹ ਕਾਕੇ ਸਾਰੇ ਦੂਰੋਂ ਦੂਰੋਂ ਆਏ ਹੋਏ ਹੈ ਅਤੇ ਬਰਸਾਤ ਹੋ ਰਹੀ ਹੈ। ਸੋ ਇੱਕ ਗੀਤ ਅਸੀਂ ਹੋਰ ਤੁਹਾਡੀ ਸੇਵਾ 'ਚ ਲਾਸਟ ਪੇਸ਼ ਕਰਨ ਲੱਗੇ ਹਾਂ, ਉਸ ਤੋਂ ਬਾਅਦ ਫਿਰ ਇਜਾਜ਼ ਚਾਹਵਾਂਗੇ। ਔਰ ਸਾਡੇ ਦਲਵਿੰਦਰ ਭਾਅ ਜੀ ਦੀ ਬਹੁਤ ਇਹਦੀ ਫਰਮਾਇਸ਼ ਹੈ, ਰੰਗਪੁਰ ਰੰਗ ਲਾਉਣ ਵਾਲੀਏ। ਇਹ ਗਾਣਾ ਮੈਂ ਵੀ ਰਿਕਾਰਡ ਕੀਤਾ ਸੀ ਟਾਣਕ ਦੀ ਰਿਕਾਰਡ ਦੇ ਵਿੱਚ, ਮੇਰੀ ਕੈਸਟ ਸੀ ਹੀਰ ਸਿਆਲਾਂ ਦੀ, ਪਰਮਿੰਦਰ ਸੰਧੂ ਦਾ ਵੀ ਕੀਤਾ ਸੀ। ਹਾਂ ਇਹ ਗਾਣਾ ਤਾਂ ਇਹ ਤਾਂ ਗਾਣਾ ਲੋਕਲ ਬਾਸਾਂ ਕੋਲ ਚੱਲਿਆ, ਜਿੰਨੇ ਮਰਜ਼ੀ ਕਰਾ ਤਾ, ਸਾਡਾ ਬਾਈ ਕਿਸੇ ਨੂੰ ਰੋਕਦਾ ਹੀ ਨਹੀਂ। ਕਰਾ ਲਓ ਭਾਈ, ਆਹ ਲਾ ਜੀ ਦੇਖ ਪੜਿਓ ਜਰਾ, ਮੇਰੇ ਕੋਲ ਦਿਸਦਾ ਨਹੀਂ ਹੁਣ, ਦਿਲੋਂ ਹਟ ਗਿਆ ਮੈਨੂੰ ਇਸ ਵੇਲੇ। PB 29008 ਕੀ ਕਹਿਣਾ? ਮੈਨੂੰ ਗੱਡੀ ਦੇਣ ਲੱਗੇ। ਅੱਛਾ, ਤੁਹਾਨੂੰ ਗੱਡੀ ਦੇਣ ਲੱਗਿਆ ਤਾਂ ਗੱਡੀ ਸਾਈਡ ਤੇ ਕਰਨੀ ਹੈ। ਅੱਛਾ ਅੱਛਾ, ਥੈਂਕ ਯੂ, ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਮੈਂ ਦੱਸਿਆ, ਹਾਲਾਂਕਿ ਉਹ ਆਪ ਬਹੁਤ ਬੁਲੰਦ ਆਵਾਜ਼ ਦਾ ਮਾਲਕ ਹੈ ਅਤੇ ਮੈਂ ਦੁਗਾਣੇ ਗਾ ਰਿਹਾ ਸੀ, ਉਹਨੇ ਸੋਲੋ ਦਾ ਰੰਗ ਬੰਨ ਤਾ ਦਲਵਿੰਦਰ ਦਿਆਲਪੁਰੀ, ਪਰ ਪਤਾ ਨਹੀਂ ਮੇਰੇ ਨਿੱਕੇ ਵੀਰ ਦੀ ਸੂਈ ਕਿਉਂ ਅੜ ਗਈ ਹੈ। ਰੰਗਪੁਰ ਰੰਗ ਲਾਉਣ ਵਾਲੀ ਹੈ ਮੇਰਾ ਲਿਖਿਆ ਗੀਤ ਹੈ। ਔਰ ਗੁਰਵਿੰਦਰ ਜੀ, ਕਈ ਵਾਰੀ ਹਿਸਟਰੀਆਂ ਬਣ ਜਾਂਦੀਆਂ ਚੀਜ਼ਾਂ, ਬੰਦੇ ਨੂੰ ਪਤਾ ਨਹੀਂ ਹੁੰਦਾ। ਤੁਸੀਂ ਮੰਨੋਗੇ ਵੀ ਇਹ ਮੇਰਾ 13 ਸਾਲ ਦੀ ਉਮਰ ਦਾ ਲਿਖਿਆ ਹੋਇਆ ਗੀਤ ਹੈ। 40-45 ਸਾਲ ਤੋਂ ਦੁਨੀਆਂ ਦਾ ਕੋਈ ਇਹੋ ਜਿਹਾ ਗਾਇਕ ਨਹੀਂ, ਉਹਨਾਂ ਵੇਲਿਆਂ ਦੇ ਮਹਾਨ ਲੋਕ ਗਾਇਕਾਂ ਦੇ ਵਿੱਚੋਂ, ਜਿਹਨੇ ਇਹਨੂੰ ਨਾ ਗਾਇਆ ਹੋਵੇ। 10 ਵਾਰ ਤੋਂ ਵੱਧ ਰਿਕਾਰਡ ਹੋਣ ਵਾਲਾ ਗੀਤ, ਪਾਕਿਸਤਾਨ ਦੇ ਗਾਇਕ ਸ਼ੌਕਤ ਅਲੀ ਤੱਕ ਨੇ ਰਿਕਾਰਡ ਕਰਵਾਇਆ ਜਿਸ ਗੀਤ ਨੂੰ। ਮੈਨੂੰ ਮਾਣ ਹੈ ਕਿ ਗੀਤ ਮੇਰਾ ਲਿਖਿਆ ਹੋਇਆ। ਵੈਸੇ ਤਾਂ ਲੋਕਡਾਊਨ ਦੇ ਵਿੱਚ ਮੇਰਾ ਇੱਕ ਗੀਤ ਤੁਸੀਂ ਸੁਣਿਆ ਹੋਣਾ, ਕਿੱਥੇ ਬੈਠ ਕੇ ਘਾੜ ਤਾਂ ਘੜੀ ਜਾਂਦਾ, ਰਵਿੰਦਰ ਗਰੇਵਾਲ ਦੇ ਨਾਲ ਨਾਲ ਦੁਨੀਆ ਭਰ 'ਚ 100 ਤੋਂ ਵੱਧ ਰਿਕਾਰਡ ਹੋਇਆ, ਹਾਕਮ ਬਖਤਰੀ ਵਾਲੇ ਨੂੰ ਮਾਣ ਹੈ ਮਿਲੀਅਨ 'ਚ, ਅਤੇ ਦੇਖਿਆ ਸੁਣਿਆ ਗਿਆ ਅਤੇ 100 ਤੋਂ ਵੱਧ ਕਲਾਕਾਰਾਂ ਨੇ ਰਿਕਾਰਡ ਕਰਵਾਇਆ। ਮੈਨੂੰ ਇਹਨਾਂ ਨਿੱਕਿਆਂ ਭਰਾਵਾਂ ਨੇ ਮਾਣ ਦਿੱਤਾ ਹੋਇਆ ਅਤੇ ਫਿਰ ਮੇਰਾ ਦਿਲ
ਕਰਦਾ ਵੀ ਮੈਂ ਹੋਰ ਕੁਝ ਲਿਖਾਂ, ਇਸ ਤੋਂ ਵੀ ਵਧੀਆ ਲਿਖਾਂ। ਚਲੋ ਮੈਂ ਬਹੁਤੀਆਂ ਗੱਲਾਂ ਨਾ ਕਰਦਾ ਹੋਇਆ, 425 ਸਾਲ ਪਹਿਲਾਂ ਪਾਕਿਸਤਾਨ ਦੇ ਘੁੱਗਵਾਸ ਦੇ ਸ਼ਹਿਰ ਤਖ਼ਤ ਹਜ਼ਾਰੇ 'ਚ ਮੌਜੂ ਚੌਧਰੀ ਦੇ ਘਰੇ 6 ਪੁੱਤਰਾਂ ਤੋਂ ਬਾਅਦ ਇੱਕ ਪੁੱਤਰ ਪੈਦਾ ਹੋਇਆ, ਨਾਂ ਰੱਖਿਆ ਗਿਆ ਰਾਂਝਾ। ਨਿਆਣੀ ਉਮਰੇ ਮਾਪੇ ਮਰਨ ਤੋਂ ਬਾਅਦ ਰਾਂਝਾ ਇੱਕ ਦਿਨ ਭਰਜਾਈਆਂ ਦੇ ਤਾਨਿਆਂ ਤੋਂ ਦੁਖੀ ਹੋ ਕੇ ਘਰੋਂ ਨਿਕਲ ਜਾਂਦਾ ਹੈ। ਜਾ ਕੇ ਚੰਗ ਸੈਲਾਂ ਦੇ ਚੌਧਰੀ ਝੂਚਕ ਦੀ ਧੀ ਹੀਰ ਨਾਲ ਪਿਆਰ ਪਾ ਲੈਂਦਾ ਹੈ, ਪਰ ਰਾਂਝੇ ਦੇ 12 ਸਾਲ ਮੱਝਾਂ ਚਾਰੀਆਂ ਦਾ ਕੱਖ ਵੀ ਪੱਲੇ ਨਹੀਂ ਪੈਂਦਾ। ਹੀਰ ਇੱਕ ਦਿਨ ਸੈਦੇ ਕਾਣੇ ਦੀ ਡੋਲੀ ਬੈਠ ਕੇ ਰੰਗਪੁਰ ਖੇੜਿਆਂ ਨੂੰ ਚਲੀ ਜਾਂਦੀ ਹੈ। ਦੁੱਖਾਂ ਦਾ ਮਾਰਿਆ ਰਾਂਝਾ ਚਾਕ ਜੋਗੀ ਹੋ ਕੇ ਕੰਨ ਪੜਵਾ ਲੈਂਦਾ, ਸਰਦਾਰ ਜੀ ਅੱਜ ਕੱਲ੍ਹ ਤਾਂ ਜੇ ਕਿਸੇ ਮੇਰੇ ਸੱਜਣ ਦੀ ਮਸ਼ੂਕ 2 ਮਿੰਟ ਅੱਖਾਂ ਤੋਂ ਉਹਲੇ ਹੋ ਜੇ ਤਾਂ ਦੇਸੀ ਦਾਰੂ ਦਾ ਲੰਡੂ ਜਿਹਾ ਪੈਗ ਲਾ ਕੇ ਕਹਿ ਦਿੰਦੇ ਆ, ਕੀੜੇ ਪੈਣਗੇ ਮਰਾਂਗੇ, ਸੱਪ ਲੜ ਕੇ ਨਹੀਂ ਮਿੱਤਰਾਂ ਨੂੰ ਦਗਾ ਦੇਣੀ ਹੈ। ਪਰ ਨਹੀਂ, ਤੁਹਾਡੀ ਸੇਵਾ 'ਚੋਂ ਸੱਚਾ ਆਸ਼ਕ ਲੱਗਿਆ ਪੇਸ਼ ਕਰਨ, ਜਿਹੜਾ ਪੱਟਿਆ ਗਿਆ ਬਰਬਾਦ ਹੋ ਗਿਆ, ਕੰਨ ਪੜਵਾ ਲਿਆ ਸਾਧ ਹੋ ਗਿਆ, ਪਰ ਫਿਰ ਵੀ ਆਪਣੇ ਮਹਿਬੂਬ ਨੂੰ ਮੰਦਾ ਨਹੀਂ ਆਖਿਆ। ਰੰਗਪੁਰ ਰੰਗ ਲਾਉਣ ਵਾਲੀਏ ਅੱਜ ਕੱਲ੍ਹ ਸਾਰੀ ਦੁਨੀਆ ਪੜ੍ਹੀ ਲਿਖੀ ਦਿਆਲਪੁਰੀ ਸਾਹਿਬ, ਸਾਰਾ ਸੰਸਾਰ ਬਹੁਤ ਸੂਝਵਾਨ ਹੈ, ਪਰ ਜਿਨ੍ਹਾਂ ਜਿਨ੍ਹਾਂ ਨੇ ਕਾਲਜ ਤੱਕ ਗ੍ਰੈਜੂਏਸ਼ਨ ਲਈ ਹੋਣੀ ਹੈ, ਮਾਨਯੋਗ ਪ੍ਰੋਫੈਸਰ ਕਰਤਾਰ ਸਿੰਘ ਬਲੱਗਣ ਦਾ ਨਾਂ ਬੜੇ ਆਦਮ ਸਤਿਕਾਰ ਨਾਲ ਪੜ੍ਹਿਆ ਹੋਣਾ ਹੈ। ਸਾਡੇ ਚੜ੍ਹਦੇ ਪੰਜਾਬ ਦਾ ਵਾਰਿਸ਼ਾ ਕਿਹਾ ਜਾਂਦਾ ਉਹਨੂੰ। ਉਹਦੀ ਇੱਕ ਰੁਬਾਈ ਹੈ ਛੋਟੀ ਜਿਹੀ, ਇਨ ਟੱਚ ਹੈ ਇਸ ਗੀਤ ਨਾਲ, ਛੋਟੀ ਜਿਹੀ ਰੁਬਾਈ ਹੈ। ਪ੍ਰੋਫੈਸਰ ਸਾਹਿਬ ਲਿਖਦੇ ਹੈ, ਕਹਿੰਦੇ ਛੋਟੀ ਉਮਰ ਦੀ ਦੋਸਤੀ ਦਾ ਕੋਈ ਬਹੁਤਾ ਵਧੀਆ ਰਿਜ਼ਲਟ ਨਹੀਂ ਆਉਂਦਾ, ਨਿੱਕੀ ਉਮਰ ਦੀ ਯਾਰੀ ਕੋਈ ਬਹੁਤਾ ਸੋਹਣਾ ਰੰਗ ਨਹੀਂ ਸਰਦਾਰ ਜੀ ਨਿਖਾਰ ਦੀ। ਕੀ ਲਿਖਿਆ ਤੁਹਾਨੂੰ ਮੈਂ ਦੱਸਦਾ ਹੈ, ਰਾਂਝਾ ਨਾਲ ਹੱਟ ਕੋਰਿਆ ਕਹਿਣ ਲੱਗਾ, ਨਿਹੀਰੇ ਸਿੱਖ ਲੈ ਤੰਗ ਦਿਲਦਾਰੀਆਂ ਦੇ, ਹੱਥ ਤੇ ਤਵੇ ਤੇ ਪਾਣੀ ਦੀ ਛਿੱਟ ਵਾਂਗੂ ਨੀ ਉੱਡ ਜਾਂਦੇ ਨੇ ਇਸ਼ਕ ਕੁਆਰੀਆਂ ਦੇ। ਰੰਗ ਪੂਰੇ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣ ਦੀ, ਰੰਗ ਚੂਰ ਰੰਗ ਨਾਲ ਮਾਰਦੀ ਹੋਰ ਕੀ ਫਕੀਰ ਤੈਨੂੰ ਕਹਿਣ ਨੀ, ਰੰਗ ਪੂਰ ਰੰਗ ਲਾਉਣ ਵਾਲੀਏ ਹੋਰ ਕੀ ਫਕੀਰ ਤੇਰੇ ਰਹਿਣ ਦੀ। ਉੱਠ ਗਿਆ ਸਿਰੋਂ ਸਹਾਰਾ, ਉੱਠ ਗਿਆ ਸਿਰੋਂ ਸਹਾਰਾ, ਉੱਠ ਗਿਆ ਸਿਰੋਂ ਸਹਾਰਾ, ਨਿਮਾਰ ਭਾਬੀਆਂ ਤਾਨੇ ਮੈਂ ਤਾਂ ਧੋਲਿਆ ਤਖਤ ਹਜ਼ਾਰਾ, ਧੋਲਿਆ ਤਖਤ ਹਜ਼ਾਰਾ, ਧੋਲਿਆ ਤਖਤ ਹਜ਼ਾਰਾ, ਉੱਠੀਆਂ ਜਦ ਆਉਂਦੀਆਂ ਬਗਾਨੀਆਂ ਭਾਈਆਂ ਚ ਬਖੇੜ ਉਦੋਂ ਪੈਣਦੀ, ਰੰਗਪੁਰ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣਦੀ, ਜੁਗ ਜੁਗ ਰਹੇ ਮਾਝਾ ਮਾਣਦੀ ਕੀ ਫਕੀਰ ਤੈਨੂੰ ਕਹਿਣ ਨੀ।
ਬਾਪ ਤੇਰੇ ਦੀ ਕਰ ਮਜ਼ਦੂਰੀ 12 ਸਾਲ ਨ ਬੜੇ ਮੇਰੇ ਪੱਲੇ ਕੱਖ ਪਿਆ ਨਾ ਡੋਲੀ ਲੈ ਗਏ ਖੇੜੇ ਡੋਲੀ ਲੈ ਗਏ ਡੋਲੀ ਲੈ ਗਏ ਖੇੜੇ ਤੰਦੀਆਂ ਵਜਾਉਂਦਾ ਜੱਟ ਰਹਿ ਗਿਆ ਪੰਜਲੀ ਵੀ ਪਾਉਂਦੀ ਰਹਿ ਗਈ ਬੈਣੀ ਪੰਜਲੀ ਵੀ ਪਾਉਂਦੀ ਰਹਿ ਗਈ ਬੈਣੀ ਰੰਗਪੁਰ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣੀ ਚੁੱਕ ਚੁੱਕ ਰਹੇ ਮੌਜਾਂ ਮਾਣਦੀ ਹੋਰ ਕੀ ਫਕੀਰ ਤੈਨੂੰ ਕਹਿਣ ਨੀ ਮਨਸੂਰ ਵੀ ਜਾਣਦਾ ਸੀ ਇਹ ਮੇਲਾ ਮੇਲੀਆਂ ਦਾ ਪੈਸਾ ਤੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਕੇ ਫਕੀਰ ਹੋਇਆ ਜਹੀਰ ਛੱਡ ਕੇ ਪੂਰ ਸਹੇਲੀਆਂ ਦਾ ਵਾਹ 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 ਬੜੇ ਰਹੋ ਸੱਜਣੋ ਬੋਲ ਦੋ ਬੋਲ ਬੋਲ ਹਰਨੇਕ ਸਿੰਘ ਜੀ ਬਹੁਤ ਸਾਰਾ ਥੈਂਕ ਯੂ ਛੋਟੇ ਸਾਡੇ ਪ੍ਰਧਾਨ ਜੀ ਹਾਂਜੀ ਮਹਿਲ ਮਨਾਰੇ ਬਣ ਗਏ ਮਹਿਲ ਮਨਾਰੇ ਹਾਏ ਮਰ ਗਏ ਮਹਿਲ ਮਨਾਰੇ ਚੰਦ ਕਰੀਰਾਂ ਦੇ ਗਰ ਲੱਗ ਗਏ ਤੀਤੋ ਭੁੱਬਾ ਮਾਰੇ ਤੀਤੋ ਭੁੱਬਾ ਮਾਰੇ ਤੀਤੋ ਭੁੱਬਾ ਮਾਰੇ ਦੱਸਿਆ ਜਹਾਨ ਮਾਰ ਤਾੜੀਆਂ ਦੇ ਕੇ ਅਸਾਂ ਦੇ ਰੋਂਦੇ ਨੇਣ ਨੀ ਦੱਸਿਆ ਜਹਾਨ ਮਾਰ ਤਾੜੀਆਂ ਦੇ ਕੇ ਅਸਾਂ ਦੇ ਰੋਂਦੇ ਨੇਣ ਨੀ ਰੰਗਪੁਰ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣੀ ਰੰਗਪੁਰ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣੀ ਰੰਗਪੁਰ ਰੰਗ ਲਾਉਣ ਵਾਲੀਏ ਵਸਦੇ ਦੁਆਰੇ ਤੇਰੇ ਰਹਿਣੀ ਹਾਏ ਅਸੀਂ ਜਦੋਂ ਕਿਸੇ ਵੀ ਕੰਮ 'ਚੋਂ ਫੇਲ ਹੋ ਜਾਂਦੇ ਹਾਂ ਖਾਸ ਕਰਕੇ ਪੰਜਾਬੀ ਲੋਕ ਤਾਂ ਜੇ ਲਫ਼ਜ਼ ਇਸਤੇਮਾਲ ਕਰਦੇ ਹਾਂ ਜੇ ਵੀ ਜੇ ਇਸ ਤਰ੍ਹਾਂ ਨਾ ਹੁੰਦਾ ਸਮਝਦੇ ਹੋ ਨਾ ਮੈਂ ਕੀ ਕਹਿਣਾ ਚਾਹੁੰਦਾ ਜਿਵੇਂ ਕੋਈ ਦੋ ਤਿੰਨ ਪੈਗ ਵੱਧ ਲਾ ਕੇ ਰਾਤ ਨੂੰ ਬੰਦਾ ਸੋਚਣ ਲੱਗ ਜਾਵੇ ਪਿਆ ਪਿਆ ਮੰਜੇ 'ਤੇ ਵੀ ਜੇ ਅੱਜ ਤੱਕ ਸਾਡੇ ਖਾਨਦਾਨ ਦੇ ਸਾਰੇ ਬੁੜੇ ਨਾ ਮਰਦੇ ਤਾਂ ਸਾਡੇ ਮੰਜੇ ਕਲਕੱਤੇ ਤੱਕ ਡਹਿ ਜਾਣੇ ਸੀ ਜੇ ਲਫ਼ਜ਼ ਦੁਨੀਆਂ ਦਾ ਇੱਕ ਮਹਾਨ ਲੋਕ ਗਾਇਕ ਹੋਇਆ ਸਰਦਾਰ ਗੁਰਵਿੰਦਰ ਸਿੰਘ ਜੀ ਚਾਂਦੀ ਰਾਮ ਚਾਂਦੀ ਉਸਤਾਦ ਚਾਂਦੀ ਰਾਮ ਚਾਂਦੀ ਲੈ ਜਾ ਛੱਲੀਆਂ ਭਨਾ ਲਈ ਦਾਣੇ ਮਿੱਤਰਾ ਦੂਰ ਦਿਆ ਜਿਹਨੇ ਸਾਨੂੰ ਪੰਜਾਬੀ ਦੁਗਾਣੇ ਗਾਉਣ ਵਾਲੇ ਸਾਰੇ ਗਾਇਕਾਂ ਨੂੰ ਰੋਜ਼ੀ ਰੋਟੀ ਪਾਇਆ ਪੰਜਾਬ ਦਾ ਸਭ ਤੋਂ ਪਹਿਲਾ ਦੁਗਾਣਾ ਰਿਕਾਰਡ ਕਰਵਾਇਆ ਲੈ ਜਾ ਛੱਲੀਆਂ ਭਨਾ ਲਈ ਦਾਣੇ ਉਹਨਾਂ ਦਾ ਇੱਕ ਸ਼ੇਰ ਹੈ ਛੋਟਾ ਜਿਹਾ ਮੇਰੇ ਯਾਦ ਆ ਰਿਹਾ ਔਰ ਇਨ ਟੱਚ ਹੈ ਇਸ ਗੀਤ ਨਾਲ ਸੰਬੰਧ ਰੱਖਦਾ ਹੈ ਉਸਤਾਦ ਜੀ
ਮੈਂ ਉਹਨਾਂ ਦੀ ਬੜੀ ਸੇਵਾ ਕੀਤੀ, ਆਪਣੇ ਪਿਓ ਨਾਲੋਂ ਵੀ ਵੱਧ ਸਾਰੀ ਉਮਰ ਕੀਤੀ। ਲਾਸਟ ਦੇ 10 ਸਾਲ ਤਾਂ ਰਹੇ ਮੇਰੇ ਕੋਲ ਮੇਰੇ ਘਰ। ਕਿਤੇ ਸੁਣਦੇ ਹੋ ਉਸਤਾਦ ਜੀ ਤੁਹਾਨੂੰ ਸਮਰਪਿਤ ਹੈ, ਜੇ ਲਫ਼ਜ਼ ਨੂੰ ਕਿਵੇਂ ਇਸਤੇਮਾਲ ਕੀਤਾ ਹੈ ਉਸਤਾਦ ਚਾਂਦੀ ਰਾਮ ਜੀ ਦੀ ਕਲਮ ਤੋਂ। ਥੈਂਕ ਯੂ ਮਿਹਰਬਾਨੀ। ਪਤਾ ਹੁੰਦਾ ਜੇ ਠੱਗੀਆਂ ਹੋਣੀਆਂ ਸੀ ਤੇ ਕਦੇ ਵਿੱਚ ਸਾਲਾਂ ਦੇ ਰੁਕਦਾ ਨਾ, ਖਾ ਲੈਂਦਾ ਜਾ ਕਿਧਰੋਂ ਮੰਗ ਰੋਟੀ ਰੋਟੀ ਨੀ ਤੇਰੀ ਚੂਰੀ ਉੱਤੇ ਹੀਰੇ ਠੁਕਦਾ ਨਾ। ਮੌਜੂ ਚੌਧਰੀ ਦਾ ਪੁੱਤ ਲਾਡਲਾ ਸੀ ਉਹ ਤੇਰੇ ਅੱਗੇ ਸ਼ਰੀਕਾਂ ਦੇ ਚੁੱਕਦਾ ਨਾ। ਚਾਂਦੀ ਰਾਮ ਜੇ ਚੱਲਦੀ ਬਾਹ ਮੇਰੀ ਸਾਈਦਾ ਬੰਨ ਸਿਰੇ ਅੱਜ ਟੁੱਕਦਾ ਨਾ। ਅਸੀਂ ਹਾਰ ਗਏ ਤਾਂ ਕੀ ਹੋਇਆ, ਅਸੀਂ ਹਾਰ ਗਏ ਤਾਂ ਕੀ ਹੋਇਆ, ਤੇਰੀ ਜਿੱਤ ਦੀ ਖੁਸ਼ੀ ਮਨਾ ਲਾਂਗੇ। ਚੱਲ ਇਸ ਜਨਮ ਵਿੱਚ ਵਿਛੜ ਗਈ ਤੈਨੂੰ ਅਗਲੇ ਜਨਮ ਵਿੱਚ ਪਾ ਲਾਂਗੇ। ਜਿਉਂਦਾ ਜਿਉਂਦਾ ਦਿਲ ਪਰ ਕੀ ਬਾਤ ਹੈ। ਪੁਣੇ ਵਿੱਚ ਹਾਕਮ ਵਾਂਗੂ ਕੀਤੀ ਮੈਂ ਅਲਗਰਜ਼ੀ, ਕੀਤੀ ਮੈਂ ਅਲਗਰਜ਼ੀ, ਕੀਤੀ ਮੈਂ ਅਲਗਰਜ਼ੀ। ਹਾ ਚਾਣਦਾ ਫਿਰਦਾ ਤਾਈਆਂ ਗਲੀਆਂ ਵਿੱਚ ਦਰ ਦਰ ਦੀ, ਗਲੀਆਂ ਵਿੱਚ ਦਰ ਦਰ ਦੀ, ਹਾਂ ਗਲੀਆਂ ਵਿੱਚ ਦਰ ਦਰ ਦੀ। ਪਖਤੜੀ ਵਾਲੇ ਵਾਂਗੂ ਲੰਘਦੇ ਹੋਕਿਆਂ ਦੇ ਵਿੱਚ ਦਿਨ ਰਹਿਣ ਨੀ, ਰੰਗਪੁਰ ਰੰਗ ਲਾਉਣ ਵਾਲੀਏ ਬਸਦੇ ਦੁਆਰੇ ਫਿਰ ਰਹਿਣ ਨੀ। ਬਣੇ ਰਹੋ ਸਰਦਾਰ ਜੀ, ਗੁਰੂ ਤੁਹਾਨੂੰ ਭਾਗ ਹੀ ਲਾਈ ਰੱਖੇ, ਮਹਾਰਾਜ ਚੜ੍ਹਦੀ ਕਲਾ ਕਰੇ। ਹੋਰ ਸੁਣਨਾ ਕੋਈ ਗਾਣਾ, ਫਿਨਿਸ਼ ਕਰ ਦਈਏ ਬਾਕੀ ਅਗਲੇ ਸਾਲ ਸਹੀ। ਮੈਂ ਉਸਤਾਦ ਜੀ, ਉਸਤਾਦ ਜੀ ਲਾਇਓ ਨਾ ਜੀ, SHO ਸਰਦਾਰ ਗੁਰਵਿੰਦਰ ਸਿੰਘ ਉਹਨਾਂ ਦਾ ਹੁਕਮ ਹੈ। ਹਾਕਮ ਭਾਜੀ, SHO ਸਾਹਿਬ ਦਾ ਹੁਕਮ ਮੰਨਣ ਤੇ ਬੋਲੋ ਮੈਨੂੰ ਸਥਾਈ ਅੰਤਰੇ ਦਾ। ਹਾਂ ਕਹੋ ਜਵਾਬ ਜੀ, ਵਾਹ ਸਾਡਾ ਹੁਕਮ ਹੈ। ਆਹ ਫੋਟੋ ਖਿਚਾ ਲਓ ਸਾਊਂਡ ਵਾਲੇ ਨਾਲ, ਇਹ ਜੇ ਇਹਦੇ ਨਾਲ ਫੋਟੋ ਨਾ ਖਿਚਾਈ ਸਾਊਂਡ ਵਾਲਾ ਮੇਰਾ, ਇਹਨੇ ਰਾਤ ਨੂੰ ਤੁਹਾਡੇ ਲੁਧਿਆਣੇ ਸੁਪਨੇ 'ਚ ਆਉਣਾ ਸੀ, ਇਹ ਨਾ ਗਿਓ, ਇਹ ਡਰਾਉਂਦਾ ਸੁਪਨੇ ਜਾਣ ਕੇ। ਪੇਮੈਂਟ ਵੀ ਇਹਨੂੰ ਘੱਟ ਮਿਲੇ ਤਾਂ ਵੀ ਡਰਾਉਂਦਾ। ਸਾਰੰਗ ਬਣਾਇਓ ਭਾਅ ਜੀ, ਸਾਰੰਗ ਪਹਿਲੇ ਤੋਂ। Thank you.
ਆ ਸੱਜਣਾ ਗੱਲ ਲੱਗ ਕੇ ਮਿਲੀਏ ਕਿਤੇ ਮਿਲ ਨਾ ਜਾਈਏ ਪਿੱਛੇ ਪਿੱਛੇ ਪਿੰਡ ਨਾ ਮੇਰਾ ਬੜਾ ਪਿਆਰ ਮੇਰਾ ਤੇ ਸਾਬੀ ਦਾ ਅਸੀਂ ਬੜੇ ਪਿਆਰਾਂ ਤੋਂ ਆਉਂਦੇ ਹਾਂ ਬੜੇ ਚਿਰਾਂ ਤੋਂ ਆਉਂਦੇ ਹਾਂ ਤੇ ਇਸ਼ਕ ਪੜ੍ਹਾਈਆਂ ਰਸ ਲਾਇਆਂ ਬੀਬੀਆਂ 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 ਪਾਪੇ ਪਾਪੇ ਹੀ ਆ ਪਾਪਾ ਪਾਪਾ ਹੀ ਆ ਬੀਬੀਆਂ ਬੀਬੀਆਂ ਇਸ਼ਕ ਪੜ੍ਹਾਈਆਂ ਰਸ ਨਾ ਆਈਆਂ ਪਰ ਪੜਦਾ ਮਿੱਤਰੋ ਕੋਈ ਕੋਈ ਪੜਦਾ ਮਿੱਤਰੋ ਕੋਈ ਕੋਈ ਸਰਪੰਚ ਸਾਹਿਬ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਇਸ਼ਕ ਪੜਾਈਆਂ ਰਾਤ ਨਾ ਆਈਆਂ ਇਸ਼ਕ ਪੜਾਈਆਂ ਰਾਤ ਨਾ ਆਈਆਂ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਵਿਜੇ ਧੰਮੀ ਸਾਹਿਬ ਵਿਜੇ ਧੰਮੀ ਸਾਹਿਬ ਉਹਨਾਂ ਦਾ ਗੀਤ ਲਿਖਿਆ ਹੈ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾ ਸ਼ੇਰੀ ਦਿੰਦੇ ਨੇ ਸੁਣਿਓ ਲਫ਼ਜ਼ ਸੁਣਿਓ ਅਕਸਰ ਮਿਲ ਜਾਂਦੇ ਨੇ ਜਿਹੜੇ ਹੱਲਾ ਸ਼ੇਰੀ ਦਿੰਦੇ ਨੇ ਚੱਕ ਦੇ ਘੜੇ ਤੋਂ ਕੌਲਾ ਫੂਕ ਬਥੇਰੀ ਉਹ ਦਿੰਦੇ ਨੇ ਨਾਲ ਖਲੋ ਕੇ ਮੂਰੇ ਹੋ ਕੇ ਨਾਲ ਖਲੋ ਕੇ ਮੇਰਾ ਦਿਲ ਕਰਦਾ ਮੈਂ ਇੱਥੇ ਆ ਜਾਵਾਂ ਪਰ ਮਾਇਕ ਗਿੱਲਾ ਹੋ ਜਾਣਾ ਨਾਲ ਖਲੋ ਕੇ ਮੂਹਰੇ ਹੋ ਕੇ ਐ ਪਰ ਲੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਲੱਗਣ ਵਾਲੇ ਗੱਲ ਨੂੰ ਪੈਂਦੇ ਵੇਖੇ ਮੈਂ ਦਿਲ ਵਿੱਚ ਵਸਣ ਵਾਲੇ ਦਿਲ ਤੋਂ ਲੈਂਦੇ ਵੇਖੇ ਮੈਂ ਪੱਲਾ ਲੱਗਣ ਵਾਲੇ ਗੱਲ ਨੂੰ ਪੈਂਦੇ ਵੇਖੇ ਮੈਂ ਦਿਲ ਵਿੱਚ ਵਸਣ ਵਾਲੇ ਦਿਲ ਤੋਂ ਲੈਂਦੇ ਵੇਖੇ ਮੈਂ ਚੜੇ ਸਰੂਰ ਤਪੇ ਤੰਦੂਰ ਚੜੇ ਸਰੂਰ ਤਪੇ ਤੰਦੂਰ ਤੰਦੂਰ ਚ ਬਹਿ ਕੇ ਰੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਪਰ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਖੜਦਾ ਇੱਥੇ ਕੋਈ ਕੋਈ ਆਖਣ ਨੂੰ ਤਾਂ ਯਾਰ ਬੜੇ ਖੜਦਾ ਇੱਥੇ ਕੋਈ ਕੋਈ ਡਾਂਡਾ ਡੂੰਡੀ ਡਾਂਡਾ ਦੀ ਖੜਦਾ ਇੱਥੇ ਕੋਈ ਕੋਈ ਡਾਂਡਾ ਡੂੰਡੀ ਡਾਂਡਾ ਦੀ
ਕੋਈ ਕੋਈ ਇੱਕ ਪਰਵਾਨਾ ਜੀ ਹੈਲੋ ਜਾਣਾ ਨਹੀਂ ਤੂੰ ਸ਼ੇਰ ਹਾਂਜੀ ਮੈਂ ਕੀ ਸੁਣਾਵਾਂ ਤੁਸੀਂ ਇੰਨਾ ਕੁਛ ਸੁਣਾ ਤਾ ਮੈਂ ਹੁਣ ਜੋ ਸੁਣਾਉਣ ਲੱਗਾ ਸੁਣਾਉਣ ਵਾਲਾ ਨਹੀਂ ਫਿਰ ਵੀ ਸੁਣਾਊਂਗਾ ਜੇ ਤੁਸੀਂ ਇੰਨਾ ਕੁਛ ਸੁਣਾਇਆ ਹੁਣ ਮੈਂ ਫਿਰ ਜ਼ਰੂਰ ਸੁਣਾਊਂਗਾ ਪਹਿਲੀ ਗੱਲ ਮੈਂ ਚਾਰ ਭੈਣਾਂ ਤੋਂ ਬਾਅਦ ਹੋਣਾ ਸੀ ਸਾਡੇ ਪਿੰਡ 'ਚ ਰੌਲਾ ਪੈ ਗਿਆ ਵੀ ਡਰਾਈਵਰਾਂ ਦੇ ਮੁੰਡਾ ਹੋਣ ਵਾਲਾ ਸਾਡੇ ਬੁੱਢੇ ਦੀ ਲੱਗਦੀ ਸੀ ਸਰਪੰਚ ਸਾਹਿਬ ਨੇ ਉਹ ਕਹਿੰਦੇ ਸੀ ਮੁੰਡਾ ਹੋਣ ਨਹੀਂ ਦੇਣਾ ਦੇਖੋ ਲੜਾਈਆਂ ਪੁਰਾਣੇ ਜ਼ਮਾਨੇ ਦੀ 1956 ਦੀ ਗੱਲ ਹੈ ਪਿੰਡ 'ਚ ਰੌਲਾ ਪੈ ਗਿਆ ਡਰਾਈਵਰਾਂ ਦੇ ਮੁੰਡਾ ਹੋਣਾ ਉਹ ਕਹਿੰਦੇ ਸੀ ਮੁੰਡਾ ਹੋਣ ਨਹੀਂ ਦੇਣਾ ਲਓ ਜੀ ਉੱਧਰ ਵੋਟਾਂ ਆ ਗਈਆਂ ਵੋਟਾਂ ਦੇ ਵਿੱਚ ਕੀ ਕੀਤਾ ਉਹ ਸਰਪੰਚ ਵੀ ਖੜੇ ਹੋ ਗਏ ਉਹਨਾਂ ਨੇ ਆਪਣਾ ਚੋਣ ਨਿਸ਼ਾਨ ਰੱਖ ਲਿਆ ਡਾਕਟਰ ਇੱਧਰ ਮੇਰੇ ਪਿਓ ਨੇ ਚੋਣ ਨਿਸ਼ਾਨ ਰੱਖ ਲਿਆ ਮੁੰਡਾ ਨਾਰੇ ਸ਼ੁਰੂ ਹੋ ਗਏ ਪਿੰਡ ਦੇ ਵਿੱਚ ਮੇਰਾ ਪਿਓ ਵੀ ਚਾਚੇ ਤਾਏ ਲੈ ਕੇ ਨਾਲ ਇਨਕਲਾਬ ਜਿੰਦਾਬਾਦ ਇਨਕਲਾਬ ਜੰਮੇਗਾ ਵੀ ਜੰਮੇਗਾ ਮੁੰਡਾ ਹੀ ਜੰਮੇਗਾ ਜੰਮੇਗਾ ਵੀ ਜੰਮੇਗਾ ਚੋਣ ਨਿਸ਼ਾਨ ਮੁੰਡਾ ਚੋਣ ਨਿਸ਼ਾਨ ਮੁੰਡਾ ਮੁੰਡੇ ਦੇ ਮੋਹਰਾਂ ਲਾ ਕੇ ਮੁੰਡੇ ਦੀ ਮਾਂ ਨੂੰ ਕਾਮਯਾਬ ਕਰੋ ਜਿੱਦਾਂ ਇਲੈਕਸ਼ਨਾਂ 'ਚ ਹੁੰਦਾ ਹੈ ਖੈਰ ਜੀ ਮੈਂ ਜੰਮ ਪਿਆ ਵੋਟਾਂ ਪੈ ਗਈਆਂ ਸੀ ਤੁਸੀਂ ਆ ਜਾਓ ਮਿਹਰਬਾਨੀ ਜੱਗ ਜਿਉਂਦਿਆਂ ਦੇ ਮੇਲੇ ਸਾਬੀ ਸੋ ਇੱਕ ਵਾਰੀ ਫਿਰ ਤੋਂ ਜੀ ਥੈਂਕਸ ਹੈ ਸਾਰੀ ਐਨਆਰਆਈ ਵੀਰ ਦੂਰ ਦੁਰਾਡ ਤੋਂ ਪਹੁੰਚੀਆਂ ਸੰਗਤਾਂ ਇਲਾਕਾ ਨਿਵਾਸੀ ਨਗਰ ਨਿਵਾਸੀ ਔਰ ਸਾਰੇ ਸੇਵਾਦਾਰਾਂ ਦਾ ਵੱਡਾ ਧੰਨਵਾਦ ਢਿੱਲੋ ਸਾਉਣ ਦਾ ਧੰਨਵਾਦ ਪੰਜਾਬ ਆਨਲਾਈਨ ਦੀ ਟੀਮ ਦਾ ਵੱਡਾ ਧੰਨਵਾਦ ਔਰ ਸਾਰੇ ਹੀ ਮੇਲਿਆਂ ਦਾ ਧੰਨਵਾਦ ਫਿਰ ਮਿਲਾਂਗੇ ਇਸੇ ਹੀ ਆਸ ਦੇ ਨਾਲ ਤੁਹਾਨੂੰ ਸਾਰਿਆਂ ਤੋਂ ਅਲਵਿਦਾ ਕਹਿੰਦੇ ਹਾਂ ਜੀ ਜਿਉਂਦੇ ਰਹੋ ਵੱਸਦੇ ਰਹੋ ਹੱਸਦੇ ਰਹੋ ਤੇ ਖੁਸ਼ ਰਹੋ ਆਬਾਦ ਰਹੋ ਸੋ ਸਾਰਿਆਂ ਨੂੰ ਤੁਹਾਡੇ ਛੋਟੇ ਵੀਰ ਸਾਹਿਬ ਬਰਾੜ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਸਾਂਝਾਂ ਦੀ ਜੈ ਮਸਤਾਂ ਦੀ ਫਿਰ ਮਿਲਾਂਗੇ ਜੀ ਇਸੇ ਆਸ ਦੇ ਨਾਲ ਸੋ ਥੈਂਕ ਯੂ ਮਿਹਰਬਾਨੀ ਸ਼ੁਕਰੀਆ ਜੀ